ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਚੰਡੀਗੜ੍ਹ ਦੇ ਲਾਗੇ ਪੈਂਦਾ ਹੈਗਾ ਅਤੇ ਇਸ ਹਲਕੇ ਦੀ ਖਾਸੀਅਤ ਹੈਗੀ, ਪਹਿਲਾਂ ਅਨੰਦਪੁਰ ਸਾਹਿਬ ਜਿਹੜਾ ਸੀਗਾ ਰੋਪੜ ਲੋਕ ਸਭਾ ਹਲਕੇ 'ਚ ਹੁੰਦਾ ਸੀਗਾ, ਪਰ 2009 ਦੀ ਪ੍ਰਸਿਮਨ ਤੋਂ ਬਾਅਦ ਜਿਹੜਾ ਹਲਕਾ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਬਣਾਇਆ ਗਿਆ ਸੀਗਾ। ਪਹਿਲੀ ਵਾਰ ਇਲੈਕਸ਼ਨ ਹੋਈ, ਰਵਨੀਤ ਸਿੰਘ ਬਿੱਟੂ ਸਿਰੇ ਸੀਗੇ, ਉਹਨਾਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਹਰਾ ਅਤੇ ਲੋਕ ਸਭਾ 'ਚ ਪਹੁੰਚੇ। 2014 ਦੀਆਂ ਚੋਣਾਂ ਹੋਈਆਂ ਅਤੇ ਤਿਕੋਣਾ ਮੁਕਾਬਲਾ ਹੋਇਆ, ਉਹਦੇ ਵਿੱਚ ਜਿਹੜੇ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਗੱਲ ਕਰੀਏ, ਉਹ ਤਾਂ ਨਹੀਂ ਲੜੇ, ਪਰ ਅਕਾਲੀ ਦਲ ਵੱਲੋਂ ਇਸ ਸੀਟ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਤਾਰਿਆ ਗਿਆ, ਜਦਕਿ ਦਿੱਲੀ ਤੋਂ ਆਈ ਸੀ ਅੰਬਿਕਾ ਸੋਨੀ। ਆਮ ਆਦਮੀ ਪਾਰਟੀ ਉਹਨਾਂ 'ਚ ਆਈ ਸੀ, ਦਿੱਲੀ ਦੇ ਵਿੱਚ ਇਲੈਕਸ਼ਨ ਹੋਈ ਸੀਗੀ, ਉਹ ਦਿੱਤੇ ਸੀਗੇ, ਅਤੇ ਹਿੰਮਤ ਸਿੰਘ ਸ਼ੇਰਗਿੱਲ, ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ। ਤਿਕੋਣਾ ਮੁਕਾਬਲਾ ਹੋਇਆ, ਤਿਕੋਣੇ ਮੁਕਾਬਲੇ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜਿਹੜੇ ਸੀਗੇ ਉਹ ਇੱਥੋਂ ਉਤਾਰੇ ਗਏ ਅਤੇ ਉਹ ਜਿੱਤ ਕੇ ਆਏ। ਫਿਰ ਇਲੈਕਸ਼ਨ ਹੋਈ 2019 ਵਿੱਚ, 2019 ਵਿੱਚ ਵੀ ਚਿਕੋਣਾ ਮੁਕਾਬਲਾ ਹੋਇਆ। ਇਸ ਚਿਕੋਣੇ ਮੁਕਾਬਲੇ ਦੇ ਵਿੱਚ ਜਿੱਥੇ ਕਿ ਮਨੀਸ਼ ਤਿਵਾੜੀ ਲੁਧਿਆਣਾ ਤੋਂ ਲਿਆ ਕੇ ਇੱਥੇ ਉਤਾਰੇ ਗਏ, ਅਤੇ ਉਹਨਾਂ ਦੇ ਨਾਲ ਨਾਲ ਆਪਾਂ ਗੱਲ ਕੀਤੀ ਜਾਵੇ ਤਾਂ ਨਾਲ ਸੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ। ਅਤੇ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਸੀਗਾ ਮਨੀਸ਼ ਤਿਵਾੜੀ ਜਿੱਤਦੇ ਨੇ, ਅਤੇ ਅੱਜ ਮਨੀਸ਼ ਤਿਵਾੜੀ ਜਿਹੜੇ ਨੇ ਉਹ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਚੰਡੀਗੜ੍ਹ ਤੋਂ ਇਲੈਕਸ਼ਨ ਲੜ ਰਹੇ ਨੇ, ਜਦਕਿ ਇੱਥੇ ਕਾਂਗਰਸ ਦੇ ਬਜਿੰਦਰ ਸਿੰਗਲਾ ਆਏ ਹੋਏ ਨੇ, ਅਤੇ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਨੇ, ਅਤੇ ਅਕਾਲੀ ਦਲ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ, ਔਰ ਬੀਜੇਪੀ ਦੇ ਡਾਕਟਰ ਸੁਭਾਸ਼ ਸ਼ਰਮਾ ਨੇ, ਅਤੇ ਉਹਨਾਂ ਦੇ ਨਾਲ ਨਾਲ ਜਿਹੜੇ ਕਹੀਏ BSP ਦਾ ਉੱਥੋਂ ਉਮੀਦਵਾਰ ਵੀ ਇੱਥੋਂ ਜਿਹੜਾ ਹੈਗਾ ਉਹ ਇਲੈਕਸ਼ਨ ਲੜ ਰਿਹਾ। ਪਰ ਅੱਜ ਅਸੀਂ ਇਸ ਲੋਕ ਸਭਾ ਖੇਤਰ ਦੇ ਵਿੱਚ BJP ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਨੇ ਉਹਨਾਂ ਦੀ ਕੰਪੇਨ ਜਾਵਾਂਗੇ, ਦੇਖਾਂਗੇ ਕਿ ਕਿਸ ਤਰ੍ਹਾਂ ਕੰਪੇਨ ਕਰਦੇ ਆ, ਇੱਥੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੁੰਗਾਰਾ ਮਿਲ ਰਿਹਾ, ਕਿਆ ਪਿੰਡਾਂ ਦੇ ਵਿੱਚ ਕਿਸਾਨ ਰੋਕਦੇ ਨੇ, ਜਾਂ ਇੱਥੇ ਪਿੰਡਾਂ ਦੇ ਵਿੱਚ ਬਾਕੀ ਪੰਜਾਬ ਨਾਲੋਂ ਅਲੱਗ ਮਾਹੌਲ ਹੈਗਾ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਡਾਕਟਰ ਸੁਭਾਸ਼ ਸ਼ਰਮਾ ਦੀ ਕੰਪੇਨ 'ਚ। ਅੱਜ ਅਸੀਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ ਲੈ ਕੇ ਆਏ ਹਾਂ, ਜਿਹੜੇ ਕਿ ਖਾਲਸੇ ਦੀ ਧਰਤੀ ਨਾਲ ਸੰਬੰਧਿਤ ਹੈਗਾ, ਪਵਿੱਤਰ ਆਪਾਂ ਕਹੀਏ ਪਵਿੱਤਰ ਹਲਕਾ ਮੰਨਿਆ ਜਾਂਦਾ ਹੈਗਾ ਸ਼੍ਰੀ ਅਨੰਦਪੁਰ ਸਾਹਿਬ। ਇੱਥੋਂ ਅੱਜ BJP ਦੇ ਉਮੀਦਵਾਰ ਸੁਭਾਸ਼ ਸ਼ਰਮਾ, ਅਸੀਂ ਉਹਨਾਂ ਦੀ ਕੰਪੇਨ ਦਿਖਾਵਾਂਗੇ ਕਿ ਉਹ ਕੰਪੇਨ ਕਿਸ ਤਰ੍ਹਾਂ ਕਰਦੇ ਆ, ਲੋਕਾਂ ਨਾਲ ਕਿੱਥੇ ਵਿਚਰ ਰਹੇ ਆ, ਅਤੇ ਲੋਕਾਂ ਦਾ ਕਿਆ ਰਿਸਪੋਂਸ ਮਿਲ ਰਿਹਾ ਹੈਗਾ। ਤੁਹਾਨੂੰ ਅਸੀਂ ਉਹਨਾਂ ਦੇ ਘਰ ਮੋਹਾਲੀ 'ਚ ਘਰ ਆ, ਉਹਦਾ ਫੇਸ 4 ਉੱਥੇ ਲੈ ਕੇ ਆਏ ਹਾਂ, ਤੁਹਾਨੂੰ ਦਿਖਾਵਾਂਗਾ ਕਿ ਉਹ ਕਿਸ ਤਰ੍ਹਾਂ ਆਪਣੇ ਦਿਨ ਚਿਰਾਂ ਨੂੰ ਸ਼ੁਰੂ ਕਰਦੇ ਆ, ਅਤੇ ਕਿਸ ਤਰ੍ਹਾਂ ਜਿਹੜਾ ਪੂਰਾ ਦਿਨ ਦਾ ਕੰਮ ਹੈਗਾ ਉਹ ਸਿਰੇ ਚੜਾ ਜਾਂਦਾ। ਦੇਖੋ ਘਰ ਦੇ ਬਾਹਰ ਵੀ ਉਹਨਾਂ ਨੇ ਇੱਕ ਦਫ਼ਤਰ ਬਣਾਇਆ ਹੋਇਆ ਹੈਗਾ, ਇੱਥੇ ਜਿਹੜੇ ਨੇ ਲੋਕ ਆਉਂਦੇ ਨੇ, ਲੋਕਾਂ ਦੀ ਗੱਲ ਸੁਣੀ ਜਾਂਦੀ ਹੈ, ਕੰਪੇਨ ਕੀਤੀ ਜਾਂਦੀ ਹੈ, ਤੁਹਾਨੂੰ ਦਿਖਾਉਂਦੇ ਹਾਂ ਅੰਦਰ ਜਾ ਕੇ ਕਿ ਕਿਸ ਤਰ੍ਹਾਂ ਉਹ ਦਿਨ ਦੀ ਸ਼ੁਰੂਆਤ ਕਰਦੇ ਆ ਔਰ ਪੂਰਾ ਦਿਨ ਕਿਸ ਤਰ੍ਹਾਂ ਉਹ ਕੰਪੇਨ ਕਰਦੇ ਆ। ਗੱਲ ਕਰੀਏ, ਉਹ ਕਹਿੰਦੇ ਵੀ ਸਵੇਰ ਦਾ ਖਾਣਾ ਵੀ ਨਹੀਂ ਖਾਂਦੇ ਹੈਗੇ, ਖਾਣਾ ਖਾਣ ਤੋਂ ਟਾਈਮ ਬਚਾਇਆ ਜਾਂਦਾ ਹੈ, ਗੱਡੀ ਜੋ ਕੇ ਖਾਇਆ ਜਾਂਦਾ। ਤੁਹਾਨੂੰ ਮਿਲਾਵਾਂਗੇ ਉਹਨਾਂ ਨਾਲ ਅਤੇ ਕਿਸ ਤਰ੍ਹਾਂ ਪੂਰਾ ਕੰਮ ਕਰਦੇ ਆ, ਆਓ ਤੁਹਾਨੂੰ ਲੈ ਕੇ ਚੱਲਦੇ ਆ ਉਹਨਾਂ ਦੇ ਘਰ ਦੇ ਵਿੱਚ। ਅਖਾੜਾ ਹੈ 2024 ਦਾ ਦੰਗਲ ਪੂਰੀ ਤਰ੍ਹਾਂ ਧੱਕ ਚੁੱਕਿਆ, ਮਤਲਬ ਕਿ ਆਪਾਂ ਕਹੀਏ ਕਿ ਹੁਣ ਸਿਰਫ 10 ਤੋਂ 11 ਦਿਨ ਦਾ ਟਾਈਮ ਰਹਿ ਗਿਆ ਹੈਗਾ ਸਾਰੇ ਉਮੀਦਵਾਰਾਂ ਦੇ ਕੋਲ, ਔਰ ਨੋਮੀਨੇਸ਼ਨ ਹੋ ਗਈਆਂ ਨੇ, ਅਤੇ ਰਾਤ ਨੂੰ ਇੱਕ ਡੇਢ ਵਜੇ ਤੱਕ ਜਿਹੜੀ ਕੰਪੇਨ ਚੱਲਦੀ ਹੈ, ਘਰਾਂ 'ਚ ਜਾ ਕੇ ਲੋਕਾਂ ਨੂੰ ਮਿਲਣਾ, ਲੋਕਾਂ ਦੀ ਗੱਲ ਸੁਣਨੀ, ਅਤੇ ਸਵੇਰੇ ਫਿਰ 6 ਵਜੇ ਨਿਕਲ ਜਾਂਦੇ ਹਾਂ। ਸੁਭਾਸ਼ ਜੀ ਸਾਡੇ ਨਾਲ ਨੇ, ਡਾਕਟਰ ਸਾਹਿਬ ਕਿੱਦਾਂ ਫਿਰ ਚੱਲ ਰਹੀ ਹੈ ਦਿਨ 'ਚ ਰਿਹਾ, ਅਤੇ ਤੁਸੀਂ ਬੜਾ ਕਹਿੰਦੇ ਰਾਤ ਮਿਹਨਤ ਕਰ ਰਹੇ, ਰਾਤ ਨੂੰ ਕਹਿੰਦੇ 1-2 ਵਜੇ ਆਉਂਦੇ ਹਾਂ, ਸਵੇਰੇ ਫਿਰ 6 ਵਜੇ ਨਿਕਲ ਜਾਂਦੇ, ਘਰ ਦੀ ਪਰੇਸ਼ਾਨ ਹੋਏ ਪਏ? ਨਹੀਂ ਨਹੀਂ ਕੋਈ ਪਰੇਸ਼ਾਨ ਨਹੀਂ ਹੈ, ਲੇਕਿਨ ਚੋਣਾਂ ਹੈ ਤਾਂ ਮਿਹਨਤ ਤਾਂ ਕਰਨੀ ਪੈਣੀ ਹੈ, ਔਰ ਹਲਕਾ ਬਹੁਤ ਵੱਡਾ ਹੈ, ਇਸ ਲਈ ਕੈਂਪੇਨਿੰਗ 'ਚ ਪੂਰਾ ਸਮੇਂ ਲੱਗ ਰਿਹਾ। 10 ਵਜੇ ਤੱਕ ਤਾਂ ਕੈਂਪੇਨ ਹੀ ਹੁੰਦੀ ਹੈ, ਫਿਰ ਉਹਦੇ ਬਾਅਦ ਲੋਕਾਂ ਨੂੰ ਮਿਲਣਾ, ਫਿਰ ਮੈਨੇਜਮੈਂਟ, ਅਗਲੇ ਦਿਨ ਦੇ ਸ਼ਡਿਊਲਸ, ਕਈ ਸਾਰੇ ਇਸ਼ੂ ਹੁੰਦੇ ਆ। ਅੱਜ ਕੱਲ੍ਹ ਤਾਂ ਜਿਵੇਂ ਪੁਰਾਣੇ ਸਮੇਂ ਸਿੰਘ ਚੱਲਦੇ ਸੀ ਨਾ, ਘੋੜੇ 'ਤੇ ਹੀ ਖਾਂਦੇ ਸੀ, ਘੋੜੇ 'ਤੇ ਹੀ ਸੌਂਦੇ ਸੀ, ਅੱਜ ਕੱਲ੍ਹ ਆਪਣਾ ਵੀ ਉਹੀ ਕੰਮ ਹੈ, ਇਹੀ ਆਪਣਾ ਖਾਣਾ ਵੀ ਤੁਸੀਂ ਖਾਣਾ ਪੀਣਾ ਸੋਣਾ ਸਭ ਇਹਦੇ 'ਚ ਹੀ ਹੈ। ਗੱਡੀ ਦੇ ਵਿੱਚ ਸਾਰਾ, ਗੱਡੀ ਨੂੰ ਘਰ ਬਣਾ ਲਿਆ ਹੈਗਾ,
ਕਹਿੰਦੇ ਹੁਣ ਸਵੇਰ ਦੇ ਦੇਖੋ 7 ਵਜੇ ਮੈਂ ਤੁਸੀਂ ਕਦੇ ਕਾਫੀ ਦੇਰ ਦਾ ਨਿਕਲੇ ਹੋਏ ਆ ਜੀ, ਤੇ ਅੱਜ ਜਾਊਂਗੇ ਕਿੱਥੇ? ਅੱਜ ਮੇਰਾ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਪ੍ਰੋਗਰਾਮ ਹੈ। ਸੋ 5 ਜਿਹੜੇ ਮੰਡਲ ਨੇ ਸਾਡੇ ਬਲੋਕ 'ਚ ਨੇ ਉਹਨਾਂ ਦੇ ਅੰਦਰ ਮੇਰੇ ਪ੍ਰੋਗਰਾਮ ਨੇ, ਲਗਭਗ 18 ਪ੍ਰੋਗਰਾਮ ਨੇ ਮੇਰੇ। ਬਾਕੀ ਉਸ ਤੋਂ ਇਲਾਵਾ ਕੁਛ ਲੋਕਾਂ ਨੂੰ ਮਿਲਣਾ ਹੈ। ਪੂਰਾ ਦਿਨ ਦਾ ਸ਼ਡਿਊਲ ਬਣਿਆ ਹੋਇਆ, ਪੂਰਾ ਦਿਨ ਦਾ ਸ਼ਡਿਊਲ ਬਣਿਆ ਹੋਇਆ। ਅਤੇ ਖਾਣਾ ਤੁਸੀਂ ਨਾਲ ਲੈ ਕੇ ਆਏ ਹੈਗੇ ਆ, ਕਹਿੰਦੇ ਤੁਸੀਂ ਆਪਣਾ ਖਾਣਾ ਜਿਹੜਾ ਹੈਗਾ ਬ੍ਰੇਕਫਾਸਟ ਜ਼ਰੂਰ ਕਰੋ, ਕਿਉਂਕਿ ਜਿਹੜਾ ਬ੍ਰੇਕਫਾਸਟ ਹੈ ਜੇ ਖਾਓਗੇ ਐਨਰਜੀ ਹੋਏਗੀ ਬੋਡੀ 'ਚ, ਵਧੀਆ ਆਪਾਂ ਕੰਮ ਕਰ ਸਕਦੇ ਹੈਗੇ। ਕਿਉਂਕਿ ਜਿਹੜਾ ਸਾਰਾ ਸਿਸਟਮ ਹੈਗਾ ਆ ਉਹ ਇਨਸਾਨ ਦੀ ਜਿਹੜੀ ਐਨਰਜੀ ਉਹਦੇ ਪਰ ਡਿਪੈਂਡ ਹੈ, ਖਾਣਾ ਪੀਣਾ ਵੀ ਨਾਲ ਆ। ਅਤੇ ਗੱਡੀ ਦੇ ਵਿੱਚ ਹੀ ਖਾਣਾ, ਕਹਿੰਦੇ ਨੇ ਵੀ ਬਈ ਘਰ ਤੋਂ ਨਿਕਲੇ ਆਏ ਸਵੇਰੇ ਸਵੇਰੇ, ਕਿਉਂਕਿ ਬੰਦੇ ਨੂੰ ਇਕੱਠੇ ਕਰਨਾ ਲੰਬਾ ਹਲਕਾ ਹੈਗਾ। ਅਤੇ ਦੇਖੋ ਖਾਣਾ ਵੀ ਜਿਹੜਾ ਹੈਗਾ ਉਹ ਸਵੇਰੇ ਸਵੇਰੇ ਜਿਹੜਾ ਉਹਨਾਂ ਨੇ ਆਪਣਾ ਗੱਡੀ ਦੇ ਵਿੱਚ ਕਰਨਾ ਹੈਗਾ, ਅਤੇ ਬ੍ਰੇਕਫਾਸਟ ਜਿਹੜਾ ਹੈਗਾ ਉਹ ਗੱਡੀ ਵਿੱਚ ਹੀ ਕਰ ਰਹੇ ਹੈਗੇ ਨੇ। ਅਤੇ ਇਹ ਕਹਿੰਦੇ ਨੇ ਸ਼ਰਮਾ ਜੀ ਕਿ ਜਦੋਂ ਅਸੀਂ ਟਾਈਮ ਨਾ ਮਿਲੇ ਜਾਂ ਕਹੀਏ ਕਿ ਇੰਨਾ ਸ਼ਡਿਊਲ ਬਿਜ਼ੀ ਹੈਗਾ ਕਿ ਇੱਕ ਤੋਂ ਬਾਅਦ ਇੱਕ ਰੈਲੀ, ਇੱਕ ਤੋਂ ਬਾਅਦ ਇੱਕ ਨੁੱਕੜ ਮੀਟਿੰਗ ਜਿਹੜੀ ਹੈਗੀ ਹੈ ਜਾਂ ਸਭਾ ਹੋ ਰਹੀ ਹੈਗੀ ਹੈ, ਉਸਨੂੰ ਦੇਖਦੇ ਹੋਏ ਸਾਰਾ ਸਿਸਟਮ ਜਿਹੜਾ ਹੈਗਾ ਨਾਲ ਰੱਖਣਾ ਪੈਂਦਾ ਟਾਈਮ ਨੂੰ ਬਚਾਉਣ ਵਾਸਤੇ। ਜਲਦੀ ਘਰ ਤੋਂ ਨਿਕਲਣਾ, ਜਲਦੀ ਘਰ ਤੋਂ ਨਿਕਲ ਕੇ ਲੋਕਾਂ ਨੂੰ ਮਿਲਣਾ, ਲੋਕਾਂ ਦੀ ਜਿਹੜੀ ਆਪਣੀ ਪੂਰੀ ਦਿਨਚਰਿਆ ਦਾ ਸਿਸਟਮ ਤਿਆਰ ਕਰਨਾ, ਔਰ ਜਿਹੜੇ ਆਪਣੇ ਪਦਾਧਿਕਾਰੀ ਨੇ ਮੰਡਲ ਹੈਗੇ, ਚਾਹੇ ਜ਼ਿਲ੍ਹਾ ਅਧਿਕਾਰੀ ਨੇ, ਚਾਹੇ ਉਹ ਸਬ ਡਿਵੀਜ਼ਨ ਦੇ ਅਧਿਕਾਰੀ ਨੇ, ਚਾਹੇ ਮੰਡਲ ਦੇ ਅਧਿਕਾਰੀ ਨੇ, ਚਾਹੇ ਉਹ ਸ਼ਹਿਰੀ ਦੇ ਨੇ, ਉਹਨਾਂ ਸਭ ਨਾਲ ਰਾਬਤਾ ਕਰਨ ਦੀ ਜ਼ਰੂਰਤ ਹੈ, ਤਾਂ ਕਿ ਹਰ ਇੱਕ ਜਿਹੜੀ ਵੋਟ ਹੈਗੀ ਹੈ ਉਹ ਬਾਹਰ ਆਵੇ ਅਤੇ ਪੋਲਿੰਗ ਬੂਥ ਲੈ ਕੇ ਉਹਨੂੰ ਵੋਟ ਪਵਾਈ ਜਾਵੇ। ਇਹ ਦੇਖੋ ਜਿਹੜੀਆਂ ਪੋਲਿਸੀਜ਼ ਹੈਗੀਆਂ, ਜਾਂ ਆਪਾਂ ਕਹੀਏ ਜੇ 10 ਸਾਲ 'ਚ ਜਿਹੜੇ ਹੈਗੇ ਨੇ ਮੋਦੀ ਸਰਕਾਰ ਨੇ ਕੰਮ ਕੀਤੇ ਆ, ਉਹਨਾਂ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈਗੇ ਆ। ਪੰਜਾਬ ਦੇ ਪ੍ਰਭਾਰੀ ਨੇ ਵਿਜੇ ਰੂਪਾਨੀ ਉਹ ਸਪਸ਼ਟ ਕਰ ਕਹਿੰਦੇ ਨੇ ਕਿ ਜੋ ਹਮਨੇ ਕੰਮ ਕੀਆ ਹੈ ਉਸਕੋ ਹਮ ਹਰ ਘਰ ਤੱਕ ਪਹੁੰਚਾਏਂਗੇ, ਹਰ ਬੂਥ ਤੱਕ ਪਹੁੰਚਾਏਂਗੇ, ਤਾਂ ਕਿ ਪਤਾ ਚੱਲੇ ਕਿ ਕਿਆ ਕਿਆ ਕੰਮ ਹੋ ਰਹੇ ਹੈ। ਸੁਭਾਸ਼ ਜੀ ਨੇ ਜਿਹੜੇ ਨੇ ਹੁਣ ਦੇਖਿਆ ਆਪਣਾ ਉਹ ਬ੍ਰੇਕਫਾਸਟ ਸ਼ੁਰੂ ਕੀਤਾ ਇਹਨਾਂ ਨੇ। ਅਤੇ ਸੁਭਾਸ਼ ਜੀ ਕੀ ਲੱਗਦਾ ਆ ਵੀ ਤੁਸੀਂ ਹਲਕੇ 'ਚ ਘੁੰਮ ਰਹੇ ਹੋ ਅਤੇ ਤੁਹਾਡੀ ਕਾਫੀ ਲੰਬੇ ਸਮੇਂ ਦੀ ਇੱਛਾ ਸੀਗੀ ਕਿ ਮੈਨੂੰ ਇਹ ਇੱਥੋਂ ਉਮੀਦਵਾਰ ਬਣਾਇਆ ਜਾਵੇ, ਅਤੇ ਜਿਹੜੇ ਵਾਹਿਗੁਰੂ ਹੈਗੇ ਆਪਾਂ ਕਹੀਏ ਵੀ ਖਾਲਸੇ ਪੰਥ ਦੀ ਸੇਵਾ, ਖਾਲਸਾ ਦੀ ਪੰਥ ਦੀ ਜਿਹੜੀ ਧਰਤੀ ਹੈਗੀ ਹੈ, ਜਨਮ ਸਥਲੀ ਹੈ, ਉਹਦੀ ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲਿਆ? ਨਹੀਂ, ਮੈਂ ਤਾਂ ਬੜਾ ਖੁਸ਼ਕਿਸਮਤ ਸਮਝਦਾ ਜੀ ਆਪਣੇ ਆਪ ਨੂੰ। ਮੇਰੇ 'ਤੇ 2-2 ਗੁਰੂ ਨਗਰੀਆਂ ਦਾ ਆਸ਼ੀਰਵਾਦ ਹੈ। ਮੇਰੀ ਜਨਮ ਭੂਮੀ ਜਿਹੜੀ ਹੈ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਔਰ ਮੇਰੀ ਕਰਮ ਭੂਮੀ ਜਿਹੜੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਹੈ। ਸੋ 2-2 ਗੁਰੂ ਨਗਰੀਆਂ ਦਾ ਆਸ਼ੀਰਵਾਦ ਹੈ ਔਰ ਬੜੀ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ। ਅਤੇ ਤੁਸੀਂ ਤਾਂ ਕਾਫੀ ਦੇਰ ਤੋਂ ਕਹੀ ਵੀ ਨਵੇਂ ਤਾਂ ਹੈ ਨਹੀਂ, ਚਾਹੇ ਟਿਕਟ ਤੁਹਾਨੂੰ ਹੁਣ ਮਿਲੀ ਹੈ। ਤੁਸੀਂ ਕਹਿੰਦੇ ਨੇ ਵੀ 2017-18 ਤੋਂ ਹੀ ਕੰਮ ਸ਼ੁਰੂ ਕਰਦਾ ਚੰਦੂ ਮਾਜਰਾ ਦੇ, ਜਦੋਂ ਉਹਨਾਂ ਨੇ MP ਦੀ ਇਲੈਕਸ਼ਨ ਲੜਿਆ 2019 'ਚ, ਉਸ ਤੋਂ ਪਹਿਲਾਂ ਤੁਸੀਂ ਆਪਣੇ ਬਣਾ ਕੇ ਫੇਸਬੁੱਕ ਪੇਜ 'ਤੇ ਕੰਮ ਕਰਦੇ, ਲੋਕਾਂ ਨੂੰ ਮਿਲਦੇ ਸੀਗੇ, ਅਤੇ ਸੰਗਠਨ ਦੇ ਜਿਹੜੇ ਉੱਥੇ ਸੀਗੇ ਲੋਕ ਉਹਨਾਂ ਨੂੰ ਮਿਲੇ ਹੈ, ਸੰਗਠਨ ਤਿਆਰ ਕੀਤਾ ਉੱਥੇ? ਮੈਂ ਪਿਛਲੇ ਲੰਬੇ ਸਮੇਂ ਤੋਂ ਹਲਕੇ 'ਚ ਕੰਮ ਕਰ ਰਿਹਾ ਜੀ, ਔਰ ਮੇਰੀ ਸ਼ੁਰੂ ਤੋਂ ਹੀ ਇੱਛਾ ਸੀ ਕਿ ਮੈਂ ਇੱਥੋਂ ਗੁਰੂ ਨਗਰੀ ਦੀ ਸੇਵਾ ਕਰਾਂ, ਔਰ ਬਹੁਤ ਮਿਹਨਤ ਕੀਤੀ ਹੈ, ਪਾਰਟੀ ਨੂੰ ਵੀ ਖੜ੍ਹਾ ਕੀਤਾ, ਪਾਰਟੀ ਦਾ ਢਾਂਚਾ ਵੀ ਖੜ੍ਹਾ ਕੀਤਾ, ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਹੱਲ ਕੀਤੀਆਂ, ਲੋਕਾਂ ਦੇ ਮੁੱਦੇ ਵੀ ਉਠਾਏ, ਸੰਘਰਸ਼ੀਲ ਵੀ ਰਿਹਾ। ਸੋ ਮੈਨੂੰ ਲੱਗਦਾ ਉਸ ਮਿਹਨਤ ਕਰਕੇ ਹੀ ਪਾਰਟੀ ਨੇ ਵੀ ਮੇਰੇ 'ਤੇ ਵਿਸ਼ਵਾਸ ਦਿਖਾਇਆ ਔਰ ਗੁਰੂ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ। ਅਤੇ ਅੱਜ ਦਾ ਪਹਿਲਾ ਪ੍ਰੋਗਰਾਮ ਕਿੱਥੇ ਕਰ ਰਹੇ ਹਾਂ? ਅੱਜ ਦਾ ਪਹਿਲਾ ਪ੍ਰੋਗਰਾਮ ਜਿਹੜਾ ਨੰਗਲ ਹਲਕੇ 'ਚ ਹੋਏਗਾ, ਨੰਗਲ ਦੀ ਏਰੀਏ 'ਚ ਹੋਏਗਾ, ਉਹਦੇ ਬਾਅਦ ਪਨੂਪਲੀ ਹੈ, ਫਿਰ ਗੋਲਣੀ ਹੈ, ਫਿਰ ਸ਼੍ਰੀ ਅਨੰਦਪੁਰ ਸਾਹਿਬ 'ਚ ਰੋਡ ਸ਼ੋਅ ਹੈ, ਫਿਰ ਕੀਰਤਪੁਰ ਸਾਹਿਬ ਦੇ ਪਿੰਡਾਂ 'ਚ ਪ੍ਰੋਗਰਾਮ ਨੇ। ਸੋ ਸਵੇਰ ਦਾ ਟਾਈਮ ਜਿਹੜਾ ਪਿੰਡਾਂ ਵਾਸਤੇ ਰੱਖਿਆ ਹੋਇਆ ਹੈ, 8-10 ਪ੍ਰੋਗਰਾਮ ਪਿੰਡਾਂ ਦੇ ਸਵੇਰੇ ਕਰੀਦੇ ਆ, ਉਹਦੇ ਬਾਅਦ ਫਿਰ ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਜਿਹੜਾ ਉਹ ਫਿਰ ਸ਼ਹਿਰ 'ਚ ਆ ਜਾਈਦਾ, ਫਿਰ ਰਾਤ 10 ਵਜੇ ਤੱਕ 8-10 ਪ੍ਰੋਗਰਾਮ ਜਿਹੜੇ ਉਹ ਸ਼ਹਿਰ 'ਚ ਕਰੀਦੇ ਆ। ਕਦੀ ਇਹ ਵੀ ਹੁੰਦਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਦੂਜੇ ਪਾਸੇ ਦੂਜੀ ਪਾਰਟੀ ਦਾ ਕੋਈ ਆਮ ਆਦਮੀ ਪਾਰਟੀ ਕਾਂਗਰਸ ਦਾ ਵੀ ਕਰ ਰਹੇ ਹਾਂ? ਹਾਂ, ਕਦੀ ਕਦੀ ਇੱਕ ਬੰਗੇ ਮੈਂ ਪ੍ਰੋਗਰਾਮ ਸੀਗਾ ਉੱਥੇ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਵੀ ਨਾਲ ਦੇ ਪਿੰਡ ਚੱਲ ਰਿਹਾ ਸੀ, ਇੱਕ ਦਿਨ ਬਲਾਚੌਰ 'ਚ ਵੀ ਇੱਦਾਂ ਸੀ, ਆਮੋ ਸਾਹਮਣੇ ਪ੍ਰੋਗਰਾਮ ਸੀ, ਇਹ ਤਾਂ ਲੋਕਤੰਤਰ ਦਾ ਹਿੱਸਾ, ਕੋਈ ਖਾਸ ਗੱਲ। ਅਤੇ ਜਿਹੜੇ ਉਮੀਦਵਾਰ ਮਿਲਦੇ ਆ, ਸਿੰਗਲਾ ਸਾਹਿਬ ਕਦੀ ਮਿਲੇ? ਮਿਲੇ ਨਹੀਂ, ਉਮੀਦਵਾਰਾਂ ਨਾਲ ਕਦੀ ਟਾਕਰਾ ਨਹੀਂ ਹੋਇਆ, ਹਾਲਾਂਕਿ ਉਮੀਦਵਾਰ ਸਿੰਗਲਾ ਸਾਹਿਬ ਤਾਂ ਮੈਨੂੰ ਕਦੀ ਪਹਿਲਾਂ ਵੀ ਨਹੀਂ ਮਿਲੇ, ਖੈਰ ਕਿਉਂਕਿ ਉਹ ਸੰਗਰੂਰ ਹਲਕੇ 'ਚ ਹੀ ਰਹੇ, ਲੇਕਿਨ ਬਾਕੀ ਦੋਨੋਂ ਉਮੀਦਵਾਰਾਂ ਨਾਲ ਤਾਂ ਮੇਰਾ ਪਹਿਲਾਂ ਤੋਂ ਹੀ ਸੰਬੰਧ ਸੰਪਰਕ ਹੈਗਾ।
ਪੜ੍ਹੇ ਲਿਖੇ ਇੱਕ ਵਿਅਕਤੀ ਦੇ ਤੌਰ 'ਤੇ ਇਹਨਾਂ ਦੀ ਜਿਹੜੀ ਛਵੀ ਹੈਗੀ ਆ ਪਾਰਟੀ ਵਿੱਚ ਦੇਖੀ ਜਾਂਦੀ ਹੈਗੀ ਆ, ਅਤੇ ਇਸਦਾ ਲੋਕਾਂ ਨੂੰ ਕਿੱਦਾਂ ਫਾਇਦਾ ਮਿਲੇਗਾ? ਕੀ ਲੱਗਦਾ ਕਿ ਲੋਕ ਇਹਨਾਂ ਦੀ ਗੱਲ ਸੁਣਦੇ ਨੇ, ਲੋਕਾਂ ਨੂੰ ਆਪਣੀ ਗੱਲ ਸਮਝਾਉਣ 'ਚ ਇਹ ਮਤਲਬ ਕਿ ਜਿਹੜੇ ਹੈਗੇ ਨੇ ਉਹ ਸਫਲ ਹੁੰਦੇ ਨੇ, ਜਾਂ ਫਿਰ ਇੱਕ ਵਾਰ ਫਿਰ ਜਿਹੜੇ ਨਰਿੰਦਰ ਮੋਦੀ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਬੀਜੇਪੀ ਕਹਿੰਦੀ ਆ ਵੀ ਮੋਰ ਵੋਟ ਜਿਹੜੀ ਹੈਗੀ ਆ ਉਹ ਨਰਿੰਦਰ ਮੋਦੀ ਨੂੰ ਪੈਣੀ ਆ, ਉਹਨਾਂ ਦੇ ਨਾਮ ਨੂੰ ਪੈਣੀ ਆ, ਉਹਨਾਂ ਦੇ ਕੰਮ ਨੂੰ ਪੈਣੀ ਆ, ਉਹਨਾਂ ਦੇ 10 ਸਾਲ ਦੇ ਕਾਰਜਕਾਲ ਨੂੰ ਪੈਣੀ ਆ। ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਕੰਪੇਨ ਕਰ ਰਹੇ ਨੇ। ਕਿਸਾਨਾਂ ਦਾ ਥਰੈਟ ਆ ਉਹਨੂੰ ਧਿਆਨ 'ਚ ਰੱਖਦੇ ਹੋਏ ਹਰ ਜਗ੍ਹਾ ਪੁਲਿਸ ਜਿਹੜੀ ਹੈ ਕਿਸੇ ਤਰ੍ਹਾਂ ਦੇ ਵੀ ਕੋਈ ਕੁਤਾਹੀ ਨਹੀਂ ਵਰਤਣਾ ਚਾਹੁੰਦੀ, ਅਤੇ ਜੋ ਫੋਰਸ ਹੈਗੀ ਹੈ ਉਹ ਲਗਾਈ ਜਾਂਦੀ ਹੈ। ਪਰ ਇਹ ਜਿਹੜੀ ਮਿੰਡਵਾ ਪਿੰਡ ਹੈਗਾ, ਇਹਦੇ ਵਿੱਚ ਲੋਕਾਂ ਨੂੰ ਜਿਹੜੀ ਹੈਗੀ ਨੁੱਕੜ ਬੈਠਕ ਦੇ ਵਿੱਚ ਸੁਭਾਸ਼ ਸ਼ਰਮਾ ਜਿਹੜੇ ਨੇ ਉਹ ਆਪਣੀ ਪਾਰਟੀ ਦੀਆਂ ਗੱਲ ਦੱਸ ਰਹੇ ਨੇ, ਕੇਂਦਰ 'ਚ ਕਿਸ ਤਰ੍ਹਾਂ ਦੇ ਕੰਮ ਕੀਤੇ ਗਏ ਉਹਦੀ ਜਾਣਕਾਰੀ ਦਿੰਦੇ ਨੇ। ਉਹਦੇ ਨਾਲ ਨਾਲ ਇਹ ਦੱਸਿਆ ਜਾ ਰਿਹਾ ਹੈਗਾ ਕਿ ਦੂਜੇ ਪਾਸੇ ਜਿਹੜੀ ਹੈਗੀ ਹੈ ਪਾਰਟੀਆਂ ਨੇ ਉਹਨਾਂ ਨੇ ਜਿਹੜੀ ਹੈਗੀ ਹੈ ਉਹ ਦੇਸ਼ ਲਈ ਕੀ ਕੀਤਾ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਹੈਗਾ। ਪਰ ਜੋ ਸਭ ਤੋਂ ਬੜੀ ਗੱਲ ਹੈਗੀ ਹੈ ਉਹ ਇਹੀ ਹੈਗੀ ਹੈ ਕਿ ਸਾਰੇ ਜਿਹੜੇ ਲੋਕ ਨੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਕਾਂਗਰਸ ਜਿਹੜੀ ਸੀਗੀ, ਕਾਂਗਰਸ ਨੇ ਰਾਮ ਮੰਦਰ ਦਾ ਜਿਹੜਾ ਨਿਰਮਾਣ ਹੈਗਾ ਆ ਉਹ ਬੀਜੇਪੀ ਨੇ ਕੀਤਾ ਹੈਗਾ, ਪਰ ਜਦੋਂ ਵੀ ਰਾਮ ਮੰਦਰ ਦੀ ਗੱਲ ਆਈ ਹੈਗੀ ਹੈ ਤਾਂ ਉਹਨਾਂ ਨੇ ਕੋਰਟ ਜਾ ਕੇ ਰਾਮ ਸੇਤੂ ਨੂੰ ਵੀ ਨਕਾਰਿਆ ਸੀਗਾ। ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਕਿ ਲੋਕਾਂ ਨੂੰ ਦੱਸਣ ਦੇ, ਕਿਉਂਕਿ ਰਾਮ ਮੰਦਰ ਦਾ ਮੁੱਦਾ ਬੀਜੇਪੀ ਵਾਸਤੇ ਇੱਕ ਵੱਡਾ ਮੁੱਦਾ ਹੈਗਾ, ਅਤੇ ਇਹ ਜਿਹੜੇ ਨੁੱਕੜ ਬੈਠਕ ਤੁਸੀਂ ਦੇਖ ਰਹੇ ਹੈ ਇਹਦੇ ਵਿੱਚ ਲੋਕ ਆਏ ਨੇ, ਪਿੰਡ ਦੇ ਲੋਕ ਆਏ ਨੇ, ਛੋਟਾ ਪਿੰਡ ਹੈਗਾ ਉਹਦੇ ਵਿੱਚ ਲੋਕ ਪਹੁੰਚੇ ਹੋਏ ਨੇ, ਅਤੇ ਆਪਣੀ ਗੱਲ ਜਿਹੜੀ ਹੈਗੀ ਹੈ ਉਹ ਸੁਭਾਸ਼ ਸ਼ਰਮਾ ਦੱਸ ਰਹੇ ਨੇ। ਔਰ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਪਿੰਡ ਪਿੰਡ ਜਾਓ, ਪਿੰਡ ਪਿੰਡ ਜਾ ਕੇ ਆਪਣੀ ਜੋ ਗੱਲਬਾਤ ਹੈਗੀ ਹੈ, ਜੋ ਸਰਕਾਰ ਦੇ ਕੰਮ ਕੀਤੇ ਨੇ, ਜੋ ਨਰਿੰਦਰ ਮੋਦੀ ਸਰਕਾਰ ਨੇ ਕੰਮ ਕੀਤੇ ਨੇ ਉਹ ਜਾ ਕੇ ਉਸ ਦੱਸੋ। ਔਰ ਮਾਫੀਆ, ਮਾਫੀਆ ਦੀ ਗੱਲ ਕੀਤੀਏ ਕਰੀਏ ਅਸੀਂ, ਮਾਫੀਆ ਦੀ ਜਿਹੜੀ ਗੱਲ ਹੈਗੀ ਹੈ ਉਹ ਵੀ ਇਸ ਵਿੱਚ ਚੁੱਕੀ ਜਾ ਰਹੀ ਹੈ ਕਿ ਇਸ ਏਰੀਏ ਦੇ ਵਿੱਚ ਦੇਖ ਗੱਲ ਦੇ ਮਾਫੀਆ ਜਿਹੜਾ ਹੈਗਾ ਉਹ ਮਾਫੀਆ ਜਿਹੜਾ ਹੈਗਾ ਕਾਫੀ ਮਤਲਬ ਕਿ ਰੇਤ ਮਾਫੀਆ ਕਹੀਏ ਆਪਾਂ ਉਹਦੀ ਗੱਲ ਇਸ ਏਰੀਏ ਵਿੱਚ ਜਾ ਰਹੀ ਹੈਗੀ, ਅਤੇ ਉਸ ਨੂੰ ਲੈ ਕੇ ਜੈ ਸ਼੍ਰੀ ਰਾਮ ਦੇ ਨਾਅਰੇ ਹਰ ਜਗ੍ਹਾ ਲੱਗਦੇ ਹੈਗੇ। ਮੋਦੀ ਜੀ ਨੇ ਸਾਡੇ ਇਲਾਕੇ ਵਾਸਤੇ ਬਹੁਤ ਸਾਡੀ ਲੇਡੀਜ਼ ਨੂੰ ਸਹੂਲਤਾਂ ਦਿੱਤੀਆਂ ਅਤੇ ਗਰੀਬਾਂ ਵਾਸਤੇ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਅਤੇ ਘਰ ਘਰ ਵਿੱਚ ਗੈਸ ਸਿਲੰਡਰ ਦੀ ਸੁਵਿਧਾ ਦਿੱਤੀ, ਗਰੀਬਾਂ ਵਾਸਤੇ ਸ਼ੌਚਾਲੇ ਬਣਾਏ ਅਤੇ ਕਿਸਾਨਾਂ ਵੀਰਾਂ ਵਾਸਤੇ ਹਰ ਉਹਦੇ ਖਾਤੇ 'ਚ 2-2 ਹਜ਼ਾਰ ਰੁਪਇਆ ਪਾਇਆ। ਰੈਲੀ 'ਚ ਆਏ ਹੋ, ਕੀ ਲੱਗਦਾ ਕਿ ਬੀਜੇਪੀ ਨੂੰ ਐਤਕੀ ਵੋਟ ਪਾਉਣੀ ਹੈ? ਹਾਂਜੀ, ਉਹਨਾਂ ਨੂੰ ਪਾਉਣੀ ਅਸੀਂ, ਅਸੀਂ ਉਹਨਾਂ ਦੇ ਨਾਲ ਹੀ ਹੈ। ਕੀ ਕਾਰਨ ਹੈ? ਹੈਂ ਕੀ ਕਰਨ? ਉਹਨਾਂ ਨੇ ਦੇਸ਼ ਵਾਸਤੇ ਬੜਾ ਕੁਛ ਕੀਤਾ, ਮੰਦਰ ਬਣਾਇਆ ਗਿਆ ਵਾ, ਜਿਹੜਾ ਮੰਦਰ ਰਾਮ ਚੰਦਰ ਜੀ ਟੈਂਟ ਵਿੱਚ ਰਹਿੰਦੇ ਸੀ, ਅੱਜ ਉਹ ਮੰਦਰ ਵਿੱਚ ਆ ਗਏ ਨੇ, ਸਾਡੇ ਭਗਵਾਨ ਨੇ ਉਹ ਵਾਲੇ, ਇਸ ਕਰਕੇ ਅਸੀਂ ਉਹਨਾਂ ਦੇ ਨਾਲ ਹੀ ਹੈ। ਬੀਜੇਪੀ ਦਾ ਸਮਰਥਨ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ, ਰੋਡਸ ਬਣਾਈਆਂ, ਰਾਮ ਮੰਦਿਰ ਦਾ ਉਦਘਾਟਨ ਕਰਵਾਇਆ, ਹੋਰ ਵੀ ਸਿਹਤ ਵਿੱਚ ਬੜੇ ਸੁਵਿਧਾਵਾਂ ਸਹੂਲਤ ਕਰਵਾਈਆਂ ਲੇਡੀਜ਼ ਵਾਸਤੇ, ਜਿਹੜਾ ਭਾਰਤ ਉਜਵਲੀ ਉਹਦੇ ਨਾਲ ਸਿਲੰਡਰ ਗੈਸ ਘਰ ਘਰ ਪਹੁੰਚਾਇਆ ਉਹਨਾਂ ਨੇ, ਤਾਂ ਬੀਜੇਪੀ ਨੂੰ ਆਪਾਂ ਸਪੋਰਟ ਕਰਾਂਗੇ। ਕੀ ਲੱਗਦਾ ਕਿ ਹਲਕੇ 'ਚ ਕਿੱਦਾਂ ਰਹੇਗਾ? ਹਲਕਾ ਠੀਕ ਰਹੇਗਾ ਵੈਸੇ, ਜੋ ਇਕੱਠ ਦੇ ਹਿਸਾਬ ਨਾਲ ਵੀ ਹੈ, ਹਲਕਾ ਠੀਕ ਰਹੇਗਾ। ਤੁਸੀਂ ਨਾਲੇ ਪਿੰਡਾਂ 'ਚ ਵਿਰੋਧ ਹੁੰਦਾ? ਵਿਰੋਧ ਸਾਡੇ ਤਾਂ ਇੱਥੇ ਹੁੰਦਾ ਨਹੀਂ, ਰੋਪੜ ਜ਼ਿਲ੍ਹੇ 'ਚ ਬੈਕਵਰਡ ਹੁੰਦਾ ਸੰਗਰੂਰ ਵੱਲ ਉੱਧਰ ਹੁੰਦਾ ਮਹਾਰਾਜ, ਆਹੋ ਹੈਗਾ ਹੈ ਜਾਂ ਡਾਕਟਰ ਸੁਭਾਸ਼ ਸ਼ਰਮਾ ਦਾ, ਹਾਂ ਇਹਨਾਂ ਦਾ ਇੱਥੇ ਹੁਣ ਤੁਹਾਡੇ ਸਾਹਮਣੇ ਹੀ ਹੈ, ਕਿਹੜਾ ਵਿਰੋਧ ਹੋਇਆ, ਖੁਸ਼ੀ ਨਾਲੇ ਆਏ ਵੀ ਸਾਰੇ ਬੰਦੇ ਵਿਰੋਧ ਹੋਣ। ਸਮਰਥਨ 'ਚ ਆਏ ਜੀ, ਮੈਂ ਕਹਿੰਦਾ ਜੀ ਲਹਿਰਾਂ ਬਹਿਰਾਂ ਹੋਈਆਂ ਜੀ ਪੂਰੀਆਂ ਜੀ ਹਨ, ਅਤੇ ਆਪੀ ਵਾਰ ਮੋਦੀ ਸਰਕਾਰ ਜੀ, ਅਤੇ ਪਿੰਡਾਂ 'ਚੋਂ ਜਿੱਦਾਂ ਸਮਰਥਨ ਨਹੀਂ ਹੈ, ਸਮਰਥਨ ਪੂਰਾ ਹੈ ਜੀ, ਅਤੇ ਪੂਰਾ ਕੰਮ ਹੋਏਗਾ ਅਤੇ ਜ਼ੋਰਾਂ ਸ਼ੋਰਾਂ 'ਤੇ ਜੀ ਕੰਮ ਸਾਰਾ,
ਤੇ ਬਾਕੀ ਇਹਨਾਂ ਦਾ ਸਾਰਿਆਂ ਦਾ ਕੰਮ ਹੋਇਆ ਜੀ? ਠੀਕ ਹੈ, ਠੀਕ ਹੈ ਜੀ, ਇਹਦੇ ਕੰਮ ਕਾਰ। ਮਕਾਨ ਮਕੂਨ ਬਣਿਆ ਕੋਈ? ਹਾਂਜੀ ਹਾਂਜੀ ਬਣੇ। ਤੁਹਾਡੇ ਮਕਾਨ ਛੱਤ ਪਈ ਹੈ? ਹਾਂਜੀ ਬਣੀ। ਕਿੰਨੇ ਪੈਸੇ ਮਿਲੇ ਤੇ? ਇੱਕ ਵੀ। ਕੀ ਕਰਨਾ ਵੋਟ ਪਾਉਂਗੇ ਵੀ? ਆਪਾਂ ਸਮਰਥਨ ਕਰ ਰਹੇ ਹਾਂ, ਸਮਰਥਨ ਕਰ ਰਹੇ ਹਾਂ ਜੀ, ਪਿੰਡਾਂ 'ਚ ਪੂਰੀਆਂ ਲਹਿਰਾਂ ਬਹਿਰਾਂ ਹੋਈਆਂ ਨੇ ਜੀ ਮੋਦੀ ਸਰਕਾਰ ਦੀਆਂ ਜੀ। ਹਾਂਜੀ। ਕਹਿੰਦੇ ਕਿਸਾਨ ਤਾਂ ਨਾਰਾਜ਼ ਹੈ? ਹਾਂਜੀ। ਨਹੀਂ ਨਹੀਂ ਜੀ, ਕਿਸਾਨ ਕਿੱਥੇ ਨਾਰਾਜ਼ ਨੇ ਜੀ, ਉਹ ਵੀ ਤਾਂ ਹੁਣ ਸਰਕਾਰਾਂ ਦੇ ਨਾਲ ਲਈ, ਸਾਡੀ ਮੋਦੀ ਸਰਕਾਰ ਦੇ ਨਾਲ ਆਈ ਉਹ ਵੀ। ਬਸ ਗੱਲ ਇਸ ਤਰ੍ਹਾਂ ਹੈ ਕਿ ਨਰਿੰਦਰ ਮੋਦੀ ਜੀ ਸਾਨੂੰ ਬਹੁਤ ਵਧੀਆ ਭਰਾਵਾਂ 'ਤੇ ਜੀ ਬੱਬਰ ਸ਼ੇਰ ਟੱਕਰੇ ਆ, ਤੇ ਇਸ ਵਾਰ ਅਸੀਂ ਸਮਰਥਨ ਇਹਨੂੰ ਦੇਵਾਂਗੇ ਆਪਣਾ। ਹਾਂਜੀ, ਫਾਇਦਾ ਮਕਾਨ ਬਣਾਇਆ ਸੀ ਫਿਰ ਮੋਦੀ ਨੇ, ਤੇ 2000 ਰੁਪਈਆ ਮਹੀਨਾ ਜਿਹੜਾ ਪੈਂਦਾ, 6000 ਰੁਪਈਆ ਸਾਲ ਦਾ ਉਹ ਵੀ ਪੈਂਦਾ ਸੀ। ਹਾਂਜੀ। ਤੇ ਮਕਾਨ ਦੇ ਕਿੰਨੇ ਪੈਸੇ ਆਏ ਤੇ? 1.5 ਲੱਖ ਤਕਰੀਬਨ ਆ ਗਿਆ। 1.5 ਲੱਖ। ਡਾਕਟਰ ਸਾਹਿਬ ਜਾਨ ਨੇ, ਡਾਕਟਰ ਸਾਹਿਬ ਤੁਸੀਂ ਹਰ ਇੱਕ ਰੈਲੀ ਦੇ ਵਿੱਚ ਜਾਂ ਸਭਾ ਦੇ ਵਿੱਚ, ਨੁੱਕੜ ਸਭਾ ਦੇ ਵਿੱਚ ਗੱਲ ਕਰਦੇ ਹੋ ਕਿ ਮੇਰੀ ਜਿਹੜੀ ਕੰਪੇਨ ਉਹ ਤਾਂ ਰਾਮ ਭਗਵਾਨ ਚਲਾ ਰਹੇ ਹਾਂ। ਹਾਂ, ਸੱਚੀ ਮੁੱਚੀ ਰਾਮ ਭਗਵਾਨ ਹੀ ਚਲਾ ਰਹੇ ਹਾਂ, ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਹੀ ਕੈਂਪੇਨ ਚੱਲ ਰਹੀ ਹੈ। ਮੈਂ ਜਦੋਂ ਕੈਂਪੇਨ ਸ਼ੁਰੂ ਕੀਤੀ ਤਖਤਗੜ੍ਹ ਸਾਹਿਬ ਮੱਥਾ ਟੇਕ ਕੇ ਮਾਤਾ ਨੈਣਾ ਦੇਵੀ ਦਾ ਆਸ਼ੀਰਵਾਦ ਲੈ ਕੇ, ਤਾਂ ਮੈਨੂੰ ਸਾਰੇ ਪੱਤਰਕਾਰ ਸਾਥੀਆਂ ਨੇ ਕਿਹਾ ਕਿ ਸ਼ਰਮਾ ਜੀ BJP ਦੀ ਸ਼ਹਿਰਾਂ 'ਚ ਬੜੀ ਬੱਲੇ ਬੱਲੇ ਆ, ਪਿੰਡਾਂ ਵੱਲ ਧਿਆਨ ਦੇਣਾ। ਅਤੇ ਮੈਂ ਸੋਚਿਆ ਯਾਰ ਕੰਪੇਨ ਹੀ ਪਿੰਡਾਂ ਤੋਂ ਕਰਦੇ ਹਾਂ। ਮੈਂ ਪਿੰਡਾਂ 'ਚ ਕੈਂਪੇਨ ਸ਼ੁਰੂ ਕੀਤੀ, ਬੰਗੇ ਗਿਆ, ਨਵਾਂ ਸ਼ਹਿਰ ਗਿਆ, ਬਲਾਚੌਰ ਗਿਆ, ਗੜਸ਼ੰਕਰ ਗਿਆ, ਕੁਰਾਲੀ ਗਿਆ, ਖਰੜ ਗਿਆ, ਪਿੰਡਾਂ 'ਚ ਗਿਆ, ਸ਼ਹਿਰ 'ਚ ਨਹੀਂ ਗਿਆ। ਪਿੰਡਾਂ ਦੇ ਪ੍ਰੋਗਰਾਮ ਸ਼ੁਰੂ ਹੋਏ, ਮੈਂ ਇੰਨਾ ਹੈਰਾਨ ਹੋਇਆ, ਇੰਨਾ ਜ਼ਬਰਦਸਤ ਪਿਆਰ, ਇੰਨਾ ਜ਼ਬਰਦਸਤ ਸਮਰਥਨ, ਆਸ਼ੀਰਵਾਦ। ਐਸੇ ਜਿੰਨਾ ਪਿੰਡਾਂ 'ਚ ਤਾਂ BJP ਮਜ਼ਬੂਤ ਸੀ, ਮਿਲਣਾ ਹੀ ਸੀ, ਐਸੇ ਐਸੇ ਪਿੰਡਾਂ 'ਚੋਂ ਲੋਕਾਂ ਨੇ ਬੁਲਾ ਬੁਲਾ ਕੇ ਜਲਸੇ ਕਰਾਏ ਆਪੋ ਮੁਹਾਰੇ ਹੋ ਕੇ, ਕਿ ਮੈਂ ਉਮੀਦ ਵੀ ਨਹੀਂ ਕਰ ਰਿਹਾ ਸੀ। ਸੋ ਮੈਨੂੰ ਲੱਗਿਆ ਕਿ ਯਾਰ ਜੇ ਇਹਨਾਂ ਪਿੰਡਾਂ 'ਚੋਂ ਵੀ ਐਡਾ ਆਸ਼ੀਰਵਾਦ ਮਿਲ ਰਿਹਾ, ਬਲਾਚੌਰ, ਬੰਗੇ ਦੇ ਉਹਨਾਂ ਰਿਮੋਟ ਪਿੰਡਾਂ 'ਚੋਂ, ਤਾਂ ਇਹ ਤਾਂ ਰਾਮ ਜੀ ਦੀ ਕਿਰਪਾ ਹੀ ਵਰਸ ਰਹੀ ਹੈ। ਸੋ ਇਸ ਕਰਕੇ ਬਹੁਤ ਅੱਛੀ ਕੈਂਪੇਨ ਚੱਲ ਰਹੀ ਹੈ, ਪੂਰਾ ਆਸ਼ੀਰਵਾਦ, ਪੂਰਾ ਸਮਰਥਨ ਹੈ, ਔਰ ਚਾਹੇ ਕਸਬੇ ਨੇ, ਚਾਹੇ ਸ਼ਹਿਰ ਨੇ, ਚਾਹੇ ਪਿੰਡ ਨੇ, ਸਭ ਤਰਫ ਰਾਮ ਜੀ ਦਾ ਮਾਹੌਲ ਹੈ। ਕੀ ਕਾਰਨ ਕੀ ਲੱਗਦਾ ਕਿ ਪਿੰਡਾਂ 'ਚ ਸਮਰਥਨ ਇੱਦਾਂ ਮਿਲ ਰਿਹਾ ਹੈਗਾ? ਇੱਕ ਵੈਸੇ ਵਿਰੋਧ ਦੀ ਗੱਲ ਹੁੰਦੀ ਹੈ? ਨਹੀਂ ਨਹੀਂ, ਵਿਰੋਧ ਮੇਰਾ ਤਾਂ ਕਿਤੇ ਘਰ ਹੋਇਆ ਹੀ ਨਹੀਂ, ਜਿਹੜਾ ਹੋਇਆ ਵੀ ਆ ਉਹ ਤਾਂ ਜਥੇਬੰਦੀਆਂ ਦੇ 5-7 ਲੋਕ ਕਰਦੇ ਆ, ਹਜ਼ਾਰਾਂ ਲੋਕ ਤਾਂ ਪਿਆਰ ਦੇ ਰਹੇ ਆ, ਸਮਰਥਨ ਦੇ ਰਹੇ ਆ, ਆਸ਼ੀਰਵਾਦ ਦੇ ਰਹੇ ਆ। ਦੇਖੋ, ਜਦੋਂ ਤੁਸੀਂ ਕੋਈ ਵੀ ਕੰਮ ਮਨੋਜ ਜੀ ਇਮਾਨਦਾਰੀ ਨਾਲ ਕਰਦੇ ਹੋ ਨਾ, ਜਦੋਂ ਸੱਚਾਈ ਨਾਲ ਖੜ੍ਹਦੇ ਹੋ, ਜਦੋਂ ਧਰਮ ਨਾਲ ਖੜ੍ਹਦੇ ਹੋ, ਤਾਂ ਫਿਰ ਈਸ਼ਵਰ ਤੁਹਾਡਾ ਸਹਾਈ ਹੁੰਦਾ। ਸੋ ਮੈਂ ਸਮਝਦਾ ਕਿ ਅਸੀਂ ਬੜੇ ਸੱਚੇ ਮਨ ਦੇ ਨਾਲ ਭਗਵਾਨ ਰਾਮ ਦੇ ਮੰਦਿਰ ਦਾ ਸੰਘਰਸ਼ ਲੜਿਆ ਸੀ। ਮੈਂ ਬਹੁਤ ਛੋਟਾ ਸੀ, ਸਕੂਲ 'ਚ ਪੜ੍ਹਦਾ ਸੀ, ਉਦੋਂ ਦੇ ਅਸੀਂ ਨਾਅਰੇ ਲਾ ਰਹੇ ਹਾਂ ਸੁਗੰਧ ਰਾਮ ਕੀ ਖਾਤੇ ਹੈ, ਮੰਦਿਰ ਵਹੀਂ ਬਣਾਏਗੇ। ਉਦੋਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਉਸ ਸੰਘਰਸ਼ 'ਚ ਬਹੁਤ ਸਾਰਾ, ਬਹੁਤ ਸਾਰੇ ਬਲੀਦਾਨ ਵੀ ਹੋਏ, ਗੋਲੀਆਂ ਵੀ ਖਾਈਆਂ, ਲਾਠੀਆਂ ਵੀ ਖਾਈਆਂ, ਜੇਲ੍ਹਾਂ 'ਚ ਵੀ ਲੋਕ ਗਏ, ਹਜ਼ਾਰਾਂ ਲੋਕ। ਉਹ ਜਿਹੜਾ ਸੰਘਰਸ਼ ਸੀ, ਉਹ ਜਿਹੜੀ ਸਾਡੀ ਤਪੱਸਿਆ ਸੀ, ਜਦੋਂ ਸਫਲ ਹੋਈ ਹੈ, ਤਾਂ ਨਿਸ਼ਚਿਤ ਰੂਪ ਨਾਲ ਈਸ਼ਵਰ ਸਾਡੇ ਸਹਾਈ ਹੋਏ ਨੇ। ਤੁਸੀਂ ਕਾਂਗਰਸ 'ਤੇ ਬੜਾ ਤਕੜਾ ਹਮਲਾ ਕਰਦੇ ਹੋ ਕਿ ਸਨਾਤਨ ਵਿਰੋਧੀ ਹੈ ਜੀ? ਕਾਂਗਰਸ ਤਾਂ ਘੋਸ਼ਿਤ ਰੂਪ ਨਾਲ ਸਨਾਤਨ ਵਿਰੋਧੀ ਹੈ। ਮੈਨੂੰ ਕਾਂਗਰਸ ਦਾ ਇੱਕ ਕੰਮ ਗਿਣਾ ਦਿਓ, ਦੇਸ਼ ਨੂੰ ਵੰਡਿਆ ਕਾਂਗਰਸ ਨੇ, ਭਾਰਤ ਮਾਤਾ ਦਾ ਬਟਵਾਰਾ ਕਾਂਗਰਸ ਨੇ ਕੀਤਾ ਨਾ। ਜਦੋਂ ਤੋਂ ਕਾਂਗਰਸ ਸਰਕਾਰ 'ਚ ਆਈ, ਚਾਹੇ ਨਹਿਰੂ ਜੀ ਦਾ ਸ਼ਾਸਨ ਸੀ, ਚਾਹੇ ਇੰਦਰਾ ਜੀ ਦਾ ਸ਼ਾਸਨ ਸੀ, ਚਾਹੇ ਰਾਜੀਵ ਜੀ ਦਾ ਸ਼ਾਸਨ ਸੀ, ਕਾਂਗਰਸ ਨੇ ਕੋਈ ਕੰਮ ਦੱਸ ਦਿਓ ਸਨਾਤਨ ਧਰਮ ਦੇ ਹੱਕ 'ਚ ਕੀਤਾ, ਹਮੇਸ਼ਾ ਵਿਰੋਧ ਕਰਦੇ, ਵਿਰੋਧ 'ਚ ਖੜ੍ਹੇ ਰਹੇ ਆ। ਭਗਵਾਨ ਰਾਮ ਅੱਜ ਗੱਲਾਂ ਕਰਦੇ ਆ, ਅੱਜ ਉਹ ਕਹਿੰਦੇ ਜੀ ਕਿ BJP ਵਾਲੇ ਰਾਮ ਦੀ ਗੱਲ ਕਿਉਂ ਕਰਦੇ ਆ? ਬਈ ਤੁਸੀਂ ਕਰੋ ਨਾ, ਅੱਜ ਤਾਂ ਕਹਿੰਦੇ ਆ, ਜਦੋਂ ਅਸੀਂ ਰਾਮ ਮੰਦਿਰ ਦਾ ਅੰਦੋਲਨ ਲੜ ਰਹੇ ਸੀ, ਤੁਸੀਂ ਕਿੱਥੇ ਖੜ੍ਹੇ ਸੀ? ਉਦੋਂ ਕਾਂਗਰਸ ਪਾਰਟੀ ਰਾਮ ਭਗਤਾਂ 'ਤੇ ਗੋਲੀਆਂ ਚਲਾਉਣ ਵਾਲੇ ਮੁਲਾਇਮ ਸਿੰਘ ਯਾਦਵ ਨਾਲ ਖੜ੍ਹੀ ਸੀ, ਅੱਜ ਵੀ ਉਹਨਾਂ ਨਾਲ ਹੀ ਖੜ੍ਹੇ ਆ, ਅੱਜ ਵੀ ਉਹਨਾਂ ਨਾਲ ਹੀ ਗੱਠਜੋੜ ਕਰਕੇ ਸਾਡੇ ਨਾਲ ਲੜਾਈ ਲੜ ਰਹੇ ਆ ਉੱਤਰ ਪ੍ਰਦੇਸ਼ 'ਚ। ਅਤੇ ਫਿਰ ਮੈਂ ਕਿਉਂ ਨਾ ਕਹਾਂ ਸਨਾਤਨ ਵਿਰੋਧੀ ਹੈ? ਕੇਂਦਰ 'ਚ ਸਰਕਾਰ ਸੀ, ਰਾਮ ਸੇਤੂ ਤੋੜਨ ਦਾ ਆਦੇਸ਼ ਜਾਰੀ ਕਰਤਾ, ਸੁਪਰੀਮ ਕੋਰਟ 'ਚ ਐਫੀਡੈਵਿਟ ਦੇ ਦਿੱਤਾ ਕਿ ਰਾਮ 'ਤੇ ਕਾਲਪਨਿਕ ਹੈ, ਰਾਮ 'ਤੇ ਕਿੱਸੇ ਕਹਾਣੀਆਂ 'ਚ, ਰਾਮ 'ਤੇ ਇਤਿਹਾਸ ਦਾ ਹਿੱਸਾ ਹੀ ਨਹੀਂ ਹੈਗੇ, ਅਤੇ ਰਾਮ ਇਤਿਹਾਸ ਦਾ ਹਿੱਸਾ ਨਹੀਂ ਹੈ ਤਾਂ ਪੁੱਲ ਕਿਵੇਂ ਹੋ ਸਕਦਾ, ਰਾਮ ਸੇਤੂ ਕਿਵੇਂ ਹੋ ਸਕਦਾ? ਇਸ ਲੈਵਲ ਤੱਕ
ਇਹਨਾਂ ਨੇ ਪਾਪ ਕੀਤੇ ਹੋਏ ਆ, ਇਸ ਲੈਵਲ ਤੱਕ ਸਨਾਤਨ ਧਰਮ ਦਾ ਵਿਰੋਧ ਕੀਤਾ ਹੋਇਆ, ਹਲੇ ਵੀ ਟੱਲੇ ਥੋੜ੍ਹਾ ਨੇ। ਤੁਸੀਂ ਦੇਖੋ ਡੀ ਐਮ ਕੇ ਨਾਲ ਗੱਠਜੋੜ ਕਰ ਰਹੇ ਨੇ, ਡੀ ਐਮ ਕੇ ਦੇ ਮੁੱਖ ਮੰਤਰੀ ਦਾ ਬੇਟਾ ਕੀ ਬਿਆਨ ਦੇ ਰਿਹਾ ਕਿ ਸਨਾਤਨ ਧਰਮ ਜਿਹੜਾ ਉਹ ਹੈਜੇ ਮਲੇਰੀਆ ਡੇਂਗੂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ, ਇਹਨੂੰ ਸਮਾਪਤ ਕਰ ਦੇਣਾ ਚਾਹੀਦਾ। ਉਹਨਾਂ ਨਾਲ ਗੱਠਜੋੜ ਕਰਕੇ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੀ ਕੈਂਪੇਨ ਰਾਹੁਲ ਗਾਂਧੀ ਜਾ ਕੇ ਕਰ ਰਹੇ ਨੇ, ਅਤੇ ਮੈਂ ਕਿਉਂ ਨਾ ਕਹਾਂ ਸਨਾਤਨ ਧਰਮ ਵਿਰੋਧੀ ਹੈ ਜਿਹੜੇ ਸਾਨੂੰ ਸਮਾਪਤ ਕਰਨ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਤੁਸੀਂ ਗਲਵਾਹੀਆਂ ਪਾਈਆਂ ਹੋਈਆਂ ਨੇ। ਇਸ ਕਰਕੇ ਜੋ ਸੱਚਾਈ ਹੈ ਮੈਂ ਤਾਂ ਉਹੀ ਲੋਕਾਂ ਦੇ ਸਾਹਮਣੇ ਰੱਖ ਰਿਹਾ। ਵਿਜਿੰਦਰ ਸਿੰਗਲਾ ਜੀ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਉਹ ਉਤਾਰੇ ਕਾਂਗਰਸ ਨੇ ਇੱਥੋਂ ਉਤਾਰਿਆ ਸੰਗਰੂਰ ਤੋਂ ਲਿਆ ਕੇ? ਅਸਲ 'ਚ ਕਾਂਗਰਸ ਦੀ ਪ੍ਰੋਬਲਮ ਇਹ ਸੀ ਵੀ ਉਹਨਾਂ ਦਾ ਤਿਵਾਰੀ ਸਾਹਿਬ ਦੌੜ ਗਿਆ ਆਖਰੀ ਮੌਕੇ ਆ ਕੇ। ਦੇਖੋ ਜਿੱਤਿਆ ਹੋਇਆ ਐਮ ਪੀ ਦੌੜ ਜਾਏ, ਇਸ ਤੋਂ ਤਾਂ ਪਤਾ ਲੱਗਦਾ ਕਿ ਉਹਨਾਂ ਨੇ 5 ਸਾਲ 'ਚ ਕੁਛ ਕੀਤਾ ਨਹੀਂ ਸੀਗਾ, ਉਹ ਡਰਦੇ ਸੀ ਲੋਕਾਂ ਨੂੰ ਫੇਸ ਕਰਨ ਤੋਂ। ਔਰ ਉਹਨਾਂ ਦੀ ਜਿਹੜੀ ਐਂਟੀ ਇਨਕੰਬੈਂਸੀ ਹੈ ਤਿਵਾਰੀ ਸਾਹਿਬ ਦੀ, ਕਾਂਗਰਸ ਦੀ, ਉਹਦੇ ਬਾਅਦ ਇਹਨਾਂ ਨੂੰ ਕੈਂਡੀਡੇਟ ਕੋਈ ਸੀਗਾ ਨਹੀਂ। ਸਿੰਗਲਾ ਸਾਹਿਬ ਵਿਚਾਰੇ ਸੰਗਰੂਰ ਤੋਂ ਹਾਰੇ ਹੋਏ ਸੀ, ਉਹਨਾਂ ਕੋਲ ਵੀ ਇੱਕ ਟਿਕਾਣਾ ਨਹੀਂ ਸੀ, ਤਾਂ ਇਸ ਕਰਕੇ ਉਹਨਾਂ ਦਾ ਵੀ ਸਰ ਗਿਆ, ਕਾਂਗਰਸ ਦਾ ਵੀ ਸਰ ਗਿਆ। ਗੱਲ ਹੋਰ ਕਹਿੰਦੇ ਕਿ ਮੈਂ ਆਮ ਘਰ ਦਾ ਮੁੰਡਾ, ਮੈਂ ਤਾਂ ਕੁਰਸੀਆਂ ਲਗਾਉਂਦਾ ਟਾਟ ਪਸੰਦਾ ਵਿਛਾਉਂਦਾ ਹੋਇਆ ਲੀਡਰ ਬਣ ਗਿਆ ਅਤੇ ਮੋਦੀ ਨੇ ਮੈਨੂੰ ਟਿਕਟ ਦੇ ਦਿੱਤੀ। ਤੁਸੀਂ ਤਾਂ ਮੇਰੀਆਂ ਫੋਟੋਆਂ ਵੀ ਖਿੱਚੀਆਂ ਹੋਈਆਂ, ਵੀਡੀਓ ਵੀ ਬਣਾਈਆਂ ਹੋਈਆਂ। ਸੁਭਾਸ਼ ਸ਼ਰਮਾ ਤਾਂ ਵਰਕਰ ਹੀ ਹੈ ਨਾ, ਕਾਰਿਆਕਰਤਾ ਹੀ ਹੈ। ਪਿਛਲੇ 25 ਸਾਲ ਤੋਂ ਮੈਂ ਤਾਂ ਪਾਰਟੀ ਦੀ ਸੇਵਾ ਹੀ ਕਰ ਰਿਹਾ, ਔਰ ਇਹ ਸਾਡੀ ਭਾਰਤੀ ਜਨਤਾ ਪਾਰਟੀ 'ਚ ਹੀ ਪੋਸੀਬਲ ਹੈ ਕਿ ਇੱਕ ਦਰੀਆਂ ਵਿਛਾਉਣ ਵਾਲੇ ਨੂੰ, ਪੋਸਟਰ ਲਾਉਣ ਵਾਲੇ ਨੂੰ, ਕੰਧਾਂ ਲਿਖਣ ਵਾਲੇ ਨੂੰ ਆਪਣੇ ਹੱਥ ਦੇ ਨਾਲ, ਹਵਾਲਾਤਾਂ ਜਾਣ ਵਾਲੇ ਨੂੰ ਪਾਰਟੀ ਦੇ ਲਈ, ਪਾਰਟੀ ਦੇ ਮੁੱਦਿਆਂ ਲਈ ਸੰਘਰਸ਼ ਕਰਨ ਵਾਲੇ ਨੂੰ ਉਹਨਾਂ ਨੇ ਐਮ ਪੀ ਦੀ ਟਿਕਟ ਦੇ ਕੇ ਨਿਵਾਜਿਆ। ਸੋ ਮੈਂ ਸਮਝਦਾ ਕਿ ਸਾਡੀ ਪਾਰਟੀ 'ਚ ਸੰਭਵ ਹੈ, ਔਰ ਜਿਸ ਤਰ੍ਹਾਂ ਦੀ ਮੇਰੀ ਪਰਿਵਾਰਿਕ ਬੈਕਗਰਾਊਂਡ ਹੈ, ਮੇਰੇ ਪਿਤਾ ਜੀ ਸਕੂਲ ਦੇ ਅਧਿਆਪਕ ਸੀ, ਰਿਟਾਇਰ ਹੋਏ ਆ, ਪਿੰਡ ਦੇ ਸਕੂਲ 'ਚ 10ਵੀਂ ਤੱਕ ਪੜ੍ਹ ਕੇ ਆਇਆ, ਸਰਕਾਰੀ ਸਕੂਲ ਸੀਗਾ ਘਨੂਪਰ ਕਾਲੇ ਪਿੰਡ 'ਚ, ਉੱਥੋਂ ਮੈਂ ਪੜ੍ਹਿਆ ਔਰ ਮਿਹਨਤ ਕੀਤੀ ਹੈ, ਪੀ ਐੱਚ ਡੀ ਕਰਕੇ ਆਇਆ, ਕਾਲਜ 'ਚ ਪੜ੍ਹਾਇਆ। ਸੋ ਜਨਤਾ ਦੇ ਇਸ਼ੂਜ਼ ਕੀ ਨੇ ਉਹਨਾਂ ਦੀ ਸਮਝ ਵੀ ਹੈ ਮੈਨੂੰ, ਕਿਉਂਕਿ ਮੈਂ ਉੱਥੋਂ ਨਿਕਲ ਕੇ ਆਇਆ। ਉਹਨਾਂ ਨੂੰ ਹੱਲ ਕਰਨ ਦੀ ਕਾਬਲੀਅਤ ਵੀ ਹੈ ਔਰ ਉਹਨਾਂ ਨੂੰ ਹੱਲ ਕਰਨ ਦੀ ਤਾਕਤ ਵੀ ਹੈ ਮੋਦੀ ਸਾਹਿਬ ਦੇ ਆਸ਼ੀਰਵਾਦ। ਅਕਾਲੀ ਦਲ ਨੂੰ ਕਿੱਦਾਂ ਦੇਖਦਾ ਤੁਹਾਡੀ ਭਾਈਵਾਲ ਪਾਰਟੀ ਰਹੀ ਹੈ? ਤੁਸੀਂ ਬਹੁਤ ਕੰਮ ਕੀਤਾ ਨਾਲ। ਨਹੀਂ, ਅਸੀਂ ਤਾਂ ਕਹਿੰਦੇ ਹਾਂ ਵੀ ਚੰਦੂ ਮਾਜਰਾ ਸਾਹਿਬ ਤਗੜੇ ਹੋ ਕੇ ਇਲੈਕਸ਼ਨ ਲੜਨ, 1.5 ਲੱਖ ਵੋਟ ਲੈ ਕੇ ਜਾਣ, ਸਾਨੂੰ ਤਾਂ ਫਾਇਦਾ ਹੀ ਹੈ ਉਹਦਾ। ਅਤੇ ਰਾਮ ਦੀ ਗੱਲ ਕਰਦੇ ਹਾਂ ਕਿ 500 ਸਾਲ ਬਾਅਦ ਮੰਦਰ ਬਣਿਆ ਅਤੇ ਇਹ ਵੀ ਆਪਾਂ ਹਰ ਇੱਕ ਸਭਾ 'ਚ, ਨੁੱਕੜ ਸਭਾ 'ਚ, ਇਹੋ ਜਿਹੇ ਸਰਪੰਚਾਂ ਦੀ ਮੀਟਿੰਗ ਕੀਤੀ ਹੈ ਪਿਛਲੇ ਪਿੰਡ ਦੇ ਵਿੱਚ, ਅਤੇ ਉੱਥੇ ਉਸਦੀ ਗੱਲ ਹੁੰਦੀ ਹੈਗੀ ਹੈ ਕਿ ਰਾਮ ਮੰਦਰ ਦਾ ਮੁੱਦਾ ਜਿਹੜਾ ਹੈਗਾ ਲੋਕਾਂ ਨਾਲ ਦੇ ਨਾਲ ਆਸਥਾ ਨਾਲ ਜੁੜਿਆ ਹੋਇਆ ਹੈਗਾ, ਉਹਨਾਂ ਦੇ ਜਿਹੜੇ ਹੈਗਾ ਪਰਿਵਾਰਾਂ ਨਾਲ ਜੁੜਿਆ ਹੈਗਾ। ਮੈਂ ਜਿਸ ਵੀ ਸਭਾ ਜਾਂਦਾ ਨਾ, ਜਦੋਂ ਮੈਂ ਐਂਟਰ ਕਰਦਾ ਹੈ ਤਾਂ ਨਾਰੇ ਇਹ ਲੱਗਦੇ ਆ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸੁਭਾਸ਼ ਜੀ ਕੋ ਜੈ ਸ਼੍ਰੀ ਰਾਮ। ਮੈਂ ਨਹੀਂ ਲਗਾ ਰਿਹਾ, ਲੋਕ ਲਗਾ ਰਹੇ, ਜਨਤਾ ਲਗਾ ਰਹੇ, ਆਪਣੇ ਆਪ ਗੀਤ ਗਾ ਰਹੇ ਹਾਂ, ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ। ਇਹ ਜਨਤਾ ਦੀ ਭਾਵਨਾ ਹੈ ਔਰ ਇਹ ਭਾਵਨਾ ਦੇ ਪਿੱਛੇ ਕਿਰਪਾ ਰਾਮ ਜੀ ਦੀ ਹੈ। ਸੱਚੇ ਮਨ ਦੇ ਨਾਲ ਅਸੀਂ ਰਾਮ ਦਾ ਕਾਜ ਕੀਤਾ ਸੀ, ਬਿਨਾਂ ਸਵਾਰਥ ਤੋਂ ਕੀਤਾ ਸੀ। ਅੱਜ ਵੀ ਕੋਈ ਸਵਾਰਥ ਨਹੀਂ ਸਾਡੇ ਲਈ, ਉਹ ਪੋਲੀਟਿਕਸ ਦਾ ਇਸ਼ੂ ਨਹੀਂ ਹੈ ਸਾਡੇ ਲਈ। ਰਾਮ ਮੰਦਿਰ ਕੋਈ ਵੋਟਾਂ ਦਾ ਇਸ਼ੂ ਨਹੀਂ ਸੀ, ਕਦੀ ਹੈ ਵੀ ਨਹੀਂ, ਕਦੀ ਰਹੂਗਾ ਵੀ ਨਹੀਂ। ਸਾਡੀ ਆਸਥਾ ਦਾ ਸਵਾਲ ਹੈ, ਜਿਹੜੇ ਰਾਮ ਸਾਡੇ ਅਰਾਧਿਆ ਨੇ, ਜਿਸ ਰਾਮ ਨੂੰ ਸਵੇਰੇ ਸ਼ਾਮ ਅਸੀਂ ਗੁਣਗੁਣਾਉਂਦੇ ਹਾਂ, ਜਪਦੇ ਹਾਂ, ਉਸ ਰਾਮ ਦੇ ਜਨਮ ਸਥਾਨ 'ਤੇ ਇੱਕ ਹਮਲਾਵਰ ਦਾ ਢਾਂਚਾ ਖੜ੍ਹਾ ਸੀ, ਉਸ ਰਾਮ ਦੇ ਜਨਮ ਸਥਾਨ 'ਤੇ ਇੱਕ ਵਿਦੇਸ਼ੀ ਕ੍ਰਾਂਤਾ ਬਾਬਰ ਦਾ ਢਾਂਚਾ ਖੜ੍ਹਾ, ਰੋਜ਼ ਸਾਨੂੰ ਚਿੜਾਉਂਦਾ ਸੀ, ਰੋਜ਼ ਸਾਨੂੰ ਲਾਣਤ ਪਾਉਂਦਾ ਸੀ, ਰੋਜ਼ ਸਾਨੂੰ ਕਚੋਟਦਾ ਸੀ। ਅਸੀਂ ਉਸ ਢਾਂਚੇ ਨੂੰ ਹਟਾਇਆ, ਉਸ ਕਲੰਕ ਨੂੰ ਮਿਟਾਇਆ ਪਹਿਲਾਂ 1992 'ਚ। ਬੜੇ ਮਾਣ ਨਾਲ ਗੱਲ ਕਹਿ ਰਹੇ ਹਾਂ, ਕਾਂਗਰਸ ਨੂੰ ਪੁੱਛੋ ਤੁਹਾਡਾ ਕੀ ਵਿਚਾਰ ਹੈ ਉਹਦੇ ਬਾਰੇ 'ਚ, ਸਾਨੂੰ ਮਾਣ ਹੈ ਅਸੀਂ ਉਹ ਕਲੰਕ ਨੂੰ ਹਟਾਇਆ ਔਰ ਅੱਜ ਭਗਵਾਨ ਰਾਮ ਆਪਣੇ ਭਵਿਆ ਮੰਦਿਰ 'ਚ ਪ੍ਰਤਿਸ਼ਠਿਤ ਹੈ। ਰਾਮ ਜੀ ਨੂੰ ਸਾਡੇ ਮੰਦਿਰ ਦੀ ਲੋੜ ਨਹੀਂ ਹੈ, ਸਾਨੂੰ ਲੋੜ ਹੈ ਰਾਮ ਜੀ ਦੇ ਮੰਦਿਰ ਦੀ, ਸਾਨੂੰ ਲੋੜ ਹੈ, ਕਿਉਂਕਿ ਸਾਡੇ ਅਰਾਧ ਦਾ ਅਪਮਾਨ ਜੋ ਹੋਇਆ ਸੀ ਅਸੀਂ ਉਹਦਾ ਪ੍ਰਤੀਕਾਰ ਕੀਤਾ, ਅਸੀਂ ਆਪਣੇ ਕਮਜ਼ੋਰੀ ਨੂੰ ਠੀਕ ਕੀਤਾ,
ਇਸ ਕਰਕੇ ਉਸ ਗੱਲ ਦਾ ਮਾਣ ਹੈ, ਜੀਵਨ ਭਰ ਉਸ ਮਾਣ 'ਚ ਰਵਾਂਗੇ ਔਰ ਜੀਵਨ ਭਰ ਜ਼ਿੰਦਗੀ 'ਚ ਇੱਕ ਆਨੰਦ ਦਾ ਵਿਸ਼ਾ ਜ਼ਰੂਰ ਰਹੇਗਾ ਕਿ ਜਿਸ ਆਰਾਮ ਦੇ ਕਾਜ ਲਈ ਅਸੀਂ ਆਪਣੇ ਜੀਵਨ ਦੇ 25-30 ਸਾਲ ਜਵਾਨੀ ਦੇ ਲਗਾਏ ਸੀ, ਉਹ ਕਾਜ ਆਪਣੀਆਂ ਅੱਖਾਂ ਨਾਲ ਪੂਰੇ ਹੁੰਦੇ ਦੇਖ ਰਿਹਾ, ਬੜਾ ਸੰਤੋਸ਼ ਹੈ, ਬੜੀ ਖੁਸ਼ੀ ਹੈ, ਬੜਾ ਹੀ ਆਨੰਦ ਹੈ। ਬਿਲਕੁਲ ਸੰਤੋਸ਼ ਰਾਮ ਮੰਦਰ ਬਣਨ ਦਾ ਵੀ ਹੈਗਾ ਅਤੇ ਨਾਲ ਨਾਲ ਜਿਹੜੇ ਲੋਕਾਂ ਦਾ ਸਮਰਥਨ ਮਿਲ ਰਿਹਾ ਪਿੰਡਾਂ 'ਚ ਉਹਦਾ ਵੀ ਸੰਤੋਸ਼ ਬੀਜੇਪੀ ਨੂੰ ਕਾਫੀ ਹੱਦ ਤੱਕ ਆਨੰਦਪੁਰ ਸਾਹਿਬ ਹਲਕੇ ਦਿਖਾਈ ਦੇ ਰਿਹਾ। ਡਾਕਟਰ ਸੁਭਾਸ਼ ਸ਼ਰਮਾ ਸਵੇਰ ਤੋਂ ਚੱਲੇ ਹੋਏ ਨੇ ਅਤੇ ਦੁਪਹਿਰ ਦੇ ਤਕਰੀਬਨ 3 ਵਜੇ ਨੂੰ ਆ ਗਏ ਨੇ ਅਤੇ ਹੁਣ ਤੱਕ ਨਾ ਖਾਣਾ ਖਾਇਆ ਹੈਗਾ, ਬ੍ਰੇਕਫਾਸਟ ਦੇਖਿਆ ਸੀਗਾ, ਸਪਰਾਊਟਸ ਖਾਧੇ ਸੀਗੇ ਪਰ ਖਾਣਾ ਨਹੀਂ ਖਾਧਾ, ਪਰ ਕੰਮ ਕਰ ਰਹੇ, ਕਹਿੰਦੇ ਬਹੁਤ ਜ਼ਿਆਦਾ ਅੱਗੇ ਜਾ ਕੇ ਹੋਰ ਕਈ ਰੈਲੀਆਂ ਨੂੰ ਸੰਬੋਧਨ ਕਰਨਾ। ਪਰ ਕਾਹੀਵਾਲ ਪਿੰਡ ਪਹੁੰਚੇ ਆ ਚੰਗਰ ਬੈਲਟ ਦੇ ਵਿੱਚ ਅਤੇ ਇਹਨਾਂ ਨੇ ਗੱਲ ਕਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸੀਗੇ, ਉਹਨਾਂ ਨੇ ਇੱਕੋ ਜ਼ੋਰ ਲਗਾ ਕੇ ਰੱਖਿਆ ਕਿ ਮੈਂ ਆਪਣੇ ਮੁੰਡੇ ਨੂੰ ਮੁੱਖ ਮੰਤਰੀ ਬਣਾਉਣਾ, ਕਿਉਂ ਕਹਿ ਰਹੇ ਜੀ? ਬਾਦਲ ਸਾਹਿਬ, ਚੁਟਾਲਾ ਸਾਹਿਬ, ਲਾਲੂ ਯਾਦਵ ਜੀ, ਮੁਲਾਇਮ ਯਾਦਵ ਜੀ, ਕਰੁਣਾ ਨਿਧੀ, ਰਾਜ ਸ਼ੇਖਰ ਰੈਡੀ, ਫਾਰੂਕ ਅਬਦੁੱਲਾ, ਇਹ ਸਾਰੇ ਜਿਹੜੇ ਲੀਡਰ ਨੇ ਹਿੰਦੁਸਤਾਨ ਦੇ, ਇਹਨਾਂ ਦਾ ਝੰਡਾ ਹੀ ਸੀ ਸ਼ਰਦ ਪਵਾਰ ਸਾਹਿਬ, ਕਿ ਸਾਡੇ ਬੱਚੇ ਅੱਗੇ ਕਿਵੇਂ ਵਧਣ, ਸਾਡੇ ਬੱਚੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹਨ, MP ਬਣਨ, ਸਾਰਾ ਜ਼ੋਰ ਪਰਿਵਾਰਾਂ ਨੂੰ ਵਿਧਾਨ 'ਚ ਲਾਇਆ, ਇਹਨਾਂ ਦਾ ਸੂਬੇ ਨੂੰ ਵਿਧਾਨ 'ਚ, ਦੇਸ਼ ਨੂੰ ਵਿਧਾਨ 'ਚ ਕੋਈ ਯੋਗਦਾਨ ਨਹੀਂ, ਇੱਕ ਮਾਤਰ BJP ਐਸੀ ਪਾਰਟੀ ਹੈ ਔਰ ਮੋਦੀ ਸਾਹਿਬ ਐਸੇ ਨੇਤਾ ਜੋ ਪਰਿਵਾਰ ਨੂੰ ਨਹੀਂ ਦੇਸ਼ ਨੂੰ ਬਚਾ ਰਹੇ ਨੇ, ਜੋ ਪਰਿਵਾਰ ਨੂੰ ਨਹੀਂ ਪਾਲ ਰਹੇ ਦੇਸ਼ ਨੂੰ ਪਾਲ ਰਹੇ ਨੇ, ਉਹਨਾਂ ਨੇ ਕਿਹਾ ਪੂਰਾ ਦੇਸ਼ ਹੀ ਮੇਰਾ ਪਰਿਵਾਰ ਹੈ, ਸੋ ਇਹ ਗੱਲ ਲੋਕਾਂ ਦੇ ਸਾਹਮਣੇ ਰੱਖਣੀ ਬੜੀ ਜ਼ਰੂਰੀ ਹੈ। ਇੱਕ ਤੁਸੀਂ ਸਵਾਲ ਕਰਦੇ ਹੋ ਲੋਕਾਂ ਨੂੰ ਵੀ ਜੇ ਵਿਜੇਂਦਰ ਸਿੰਘ ਦਾ ਤੁਹਾਡੇ ਕੋਲ ਆਉਂਦੇ ਆ, ਉਹਨਾਂ ਨੂੰ ਪੁੱਛਿਓ ਸਵਾਲ ਵੀ ਕਾਂਗਰਸ ਰਾਮ ਵਿਰੋਧੀ ਕਿਉਂ ਹੈਗੀ, ਸਨਾਤਨ ਵਿਰੋਧੀ ਕਿਉਂ ਹੈਗੀ, ਕਿਉਂ ਕੀ ਇੰਨਾ ਕੀ ਕਰਤਾ ਉਹਨਾਂ ਨੇ? ਨਹੀਂ ਤਾਂ ਕਾਂਗਰਸ ਹੈ ਹੀ ਰਾਮ ਵਿਰੋਧੀ, ਮੈਨੂੰ ਦੱਸੋ ਨਾ, ਰਾਮ ਜਨਮ ਭੂਮੀ ਦਾ ਅੰਦੋਲਨ ਚੱਲਿਆ, ਅਸੀਂ ਸੰਘਰਸ਼ ਲੜਿਆ ਨਾ, ਦੇਸ਼ ਦੇ ਸੰਤਾਂ ਨੇ ਸੰਘਰਸ਼ ਲੜਿਆ, ਰਾਮ ਭਗਤਾਂ ਨੇ ਸੰਘਰਸ਼ ਲੜਿਆ, ਜਿਸ ਮੁਲਾਇਮ ਸਿੰਘ ਯਾਦਵ ਨੇ ਗੋਲੀਆਂ ਚਲਾਈਆਂ, ਰਾਮ ਭਗਤ ਸ਼ਹੀਦ ਕੀਤੇ, ਕਾਂਗਰਸ ਉਹਦੇ ਨਾਲ ਗੱਠਜੋੜ 'ਚ ਹੈ, ਕਾਂਗਰਸ ਦੇ ਸੁਪਰੀਮ ਕੋਰਟ 'ਚ ਸਰਕਾਰ ਨੇ ਕੇਂਦਰ ਦੀ ਨੇ ਐਫੀਡੈਵਿਟ ਫਾਈਲ ਕੀਤਾ ਕਿ ਰਾਮ ਤਾਂ ਹੋਏ ਹੀ ਨਹੀਂ, ਰਾਮ ਤਾਂ ਇਤਿਹਾਸ ਹੈ ਹੀ ਨਹੀਂ, ਰਾਮ ਤਾਂ ਮਿੱਥ ਨੇ, ਇਸ ਲਈ ਰਾਮ ਸੇਤੂ ਤੋੜਨ ਦਿਓ। ਜਿਹੜੀ ਪਾਰਟੀ ਰਾਮ ਦੀ ਹੋਂਦ ਨੂੰ ਨਹੀਂ ਮੰਨਦੀ, ਜਿਹੜੀ ਪਾਰਟੀ ਨੇ ਪੂਰਾ ਤਿਲ ਦਾ ਜ਼ੋਰ ਲਾ ਲਿਆ, ਕਿੰਨੇ ਵਕੀਲ ਖੜੇ ਕੀਤੇ ਸੁਪਰੀਮ ਕੋਰਟ 'ਚ ਇਹਨਾਂ ਨੇ? ਸਾਰੇ ਕਾਂਗਰਸ ਨੇ ਖੜੇ ਕੀਤੇ ਨਾ, ਅੱਜ ਕਾਂਗਰਸ ਗੱਠਜੋੜ ਕਰ ਰਹੀ ਹੈ DMK ਨਾਲ, ਜਿਹੜੀ DMK ਕਹਿ ਰਹੀ ਹੈ ਕਿ ਸਨਾਤਨ ਧਰਮ, ਡੇਂਗੂ, ਮਲੇਰੀਆ ਅਤੇ ਹਿੱਜਾ, ਇਹਨੂੰ ਖਤਮ ਕਰ ਦਿਓ ਹਿੰਦੁਸਤਾਨ 'ਚੋਂ, ਉਹਦੇ ਨਾਲ ਗੱਠਜੋੜ ਕਰਕੇ ਚੋਣਾਂ ਕੌਣ ਲੜ ਰਿਹਾ? ਕਾਂਗਰਸ ਲੜ ਰਹੀ ਹੈ। ਤੁਸੀਂ ਸਨਾਤਨ ਧਰਮ ਨੂੰ ਖਤਮ ਕਰਨ ਵਾਲਿਆਂ ਦੇ ਨਾਲ ਹੋ, ਤੁਸੀਂ ਰਾਮ ਭਗਤਾਂ 'ਤੇ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਹੋ, ਤੁਸੀਂ ਰਾਮ ਭਗਵਾਨ ਦੀ ਹੋਂਦ 'ਤੇ ਸਵਾਲ ਉਠਾਉਂਦੇ ਹੋ, ਤੁਸੀਂ ਰਾਮ ਭਗਵਾਨ ਦੇ ਜਿਹੜਾ ਜਿਹਨੂੰ ਕਹਿ ਲਓ ਕਿ ਅਸਤਿਤਵ ਦਾ ਉੱਤੇ ਹੀ ਸਵਾਲ ਤੁਸੀਂ ਉਠਾਤੇ, ਅਤੇ ਹੁਣ ਕਿਉਂ ਨਾ ਕਹਾਂ ਤੁਸੀਂ ਰਾਮ ਦਰੋਹੀ ਹੋ, ਤੁਸੀਂ ਸਨਾਤਨ ਧਰਮ ਦੇ ਵਿਰੋਧੀ ਹੋ। ਤੁਸੀਂ ਝਾੜੂ ਵਾਲੀ ਸਰਕਾਰ ਦੀ ਗੱਲ ਕੀਤੀ ਹੈ ਕਿ ਜੇ ਮੈਂ MP ਬਣ ਗਿਆ ਤਾਂ ਝਾੜੂ ਵਾਲਾ ਜਿਹੜਾ ਲਗਾਇਆ ਹੋਇਆ ਗੇਟ ਹੈਗਾ ਵਿਕਾਸ ਦੀ ਗੰਗਾ ਨੂੰ ਰੋਕਣ ਵਾਲਾ, ਉਹਨੂੰ ਮੈਂ ਲੱਤ ਮਾਰ ਕੇ ਤੋੜ ਦੂੰਗਾ, ਕਿਹੜਾ ਤੁਸੀਂ ਕਹਿੰਦੇ ਆ ਕਿਆ ਲਗਾਤਾ, ਕਿਹੜੀ ਸਕੀਮਾਂ ਰੋਕਤੀਆਂ, ਕਿਹੜੀ ਕਿੱਦਾਂ ਜਵਾਬ ਦਿੰਦੇ ਤੁਸੀਂ? ਸਕੀਮ ਚਲਾਈ ਕਿਹੜੀ ਹੈ ਜੀ? ਮੋਦੀ ਸਾਹਿਬ ਨੇ ਆਯੁਸ਼ਮਾਨ ਯੋਜਨਾ ਲੈ ਕੇ ਆਏ, ਇਹਨਾਂ ਨੇ ਆਪਣਾ ਹਿੱਸਾ ਹੀ ਨਹੀਂ ਪਾਇਆ, ਪੰਜਾਬ ਦੇ ਲੋਕਾਂ ਨੂੰ ਫਾਇਦਾ ਨਹੀਂ ਮਿਲ ਰਿਹਾ, ਹਸਪਤਾਲਾਂ ਨੂੰ ਪੇਮੈਂਟਾਂ ਨਹੀਂ ਕੀਤੀਆਂ, ਕੰਮ ਰੁਕਿਆ ਪਿਆ, ਫਸਲ ਬੀਮਾ ਯੋਜਨਾ ਅਜੇ ਤੱਕ ਲਾਗੂ ਨਹੀਂ ਕੀਤੀ ਪੰਜਾਬ 'ਚ ਇਹਨਾਂ ਨੇ, ਗਰੀਬਾਂ ਦੇ ਕੱਚੇ ਘਰ ਪੱਕੇ ਹੋਣੇ ਆ, ਨਾ ਇਹਨਾਂ ਦੇ MLA, ਨਾ ਇਹਨਾਂ ਦੇ DC, ਨਾ ਰਿਪੋਰਟਾਂ, ਸਰਕਾਰ ਕੋਲ ਰਿਪੋਰਟ ਬਣੇਗੀ, ਕੇਸ ਬਣੇਗਾ, ਜਾਏਗਾ ਤਾਂ ਹੀ ਪੈਸੇ ਹੋਣਗੇ ਨਾ, ਇਹ ਧਿਆਨ ਨਹੀਂ ਦਿੰਦੇ। ਹੁਣ ਮੋਦੀ ਸਾਹਿਬ ਨੇ ਪਿਛਲੇ ਦਿਨਾਂ 'ਚ ਯਾਤਰਾ ਕੱਢੀ, 13 ਮਹਿਕਮੇ ਦੇ ਲੋਕ ਪਿੰਡਾਂ 'ਚ ਗਏ ਵੀ ਜਿਹੜੀ ਜਿਹੜੀ ਕਮੀ ਪੇਸ਼ੀ ਆ, ਜਿਹਦੇ ਕਾਰਡ ਬਣਨ ਵਾਲੇ, ਆਯੁਸ਼ਮਾਨ ਦੇ ਕਾਰਡ ਬਣਾ ਲਓ, ਜਿਹੜੀ ਸਕੀਮ ਦਾ ਫਾਇਦਾ ਲੈਣਾ ਲੈ ਲਓ, ਇੰਸ਼ੋਰੈਂਸ ਨਾਲ ਜੁੜਨਾ, ਬੈਂਕਾਂ ਨਾਲ ਜੁੜਨਾ, ਇਹਨਾਂ ਨੇ ਕੋਆਪਰੇਟ ਨਹੀਂ ਕੀਤਾ, ਇਹਨਾਂ ਨੇ ਚਿੱਠੀਆਂ ਕੱਢ ਕੇ ਆਪਣੇ ਮਹਿਕਮਿਆਂ ਦੇ ਲੋਕ ਵਾਪਸ ਬੁਲਾ ਲਏ। ਮੋਦੀ ਸਾਹਿਬ ਕਹਿੰਦੇ ਆ ਪ੍ਰਾਇਮਰੀ ਹੈਲਥ ਸੈਂਟਰ ਖੋਲੋ, ਇਹ ਉਹਨਾਂ ਨੂੰ ਬੰਦ ਕਰਕੇ ਆਪਣੀਆਂ ਫੋਟੋਆਂ ਲਾ ਕੇ ਅਤੇ ਹੋਰ ਹੀ ਕੰਮ ਤੁਰੇ ਹੋਏ ਆ, ਜਿੰਨਾ ਪੈਸਾ ਆ ਰਿਹਾ ਚਾਹੇ ਉਹ ਰੂਰਲ ਡਿਵੈਲਪਮੈਂਟ ਫੰਡ ਦਾ, ਚਾਹੇ ਉਹ ਸਭ ਖੁਰਦ ਬੁਰਦ ਕਰੀ ਜਾਂਦੇ, ਆਪਣੀ ਐਡਵਰਟਾਈਜਮੈਂਟ 'ਤੇ ਲਗਾਈ ਜਾਂਦੇ ਆ, ਮੋਦੀ ਸਾਹਿਬ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣਾ ਇਹ ਮੇਰੀ ਜ਼ਿੰਮੇਦਾਰੀ ਹੈ, ਕਿਉਂਕਿ ਮੋਦੀ ਸਾਹਿਬ ਦਾ ਪ੍ਰਤੀਨਿਧੀ ਹੈ।
ਬਿਲਕੁਲ ਠੀਕ ਹੈ, ਬਿਲਕੁਲ ਇਸ ਵਾਰ ਜੀ ਹੈ ਜਿਹੜੀ ਕਿ ਪੂਰੀ ਇੱਕ ਕੰਪੇਨ ਦੇ ਵਿੱਚ ਕੰਮ ਕਰ ਰਹੇ ਸੀਗੇ, ਸਵੇਰ ਦੇ ਲੱਗੇ ਹੋਏ ਨੇ। ਪਰ ਆਪਾਂ ਗੱਲ ਕਰੀਏ ਆਨੰਦਪੁਰ ਸਾਹਿਬ ਹਲਕੇ ਦੀ, ਚਾਹੇ ਖਾਲਸੇ ਦੀ ਧਰਤੀ ਹੈਗੀ ਹੈ ਪਰ ਇਸ ਹਲਕੇ ਦੇ ਵਿੱਚ ਜਿਹੜੀ BJP ਹੈ ਉਹ ਰਾਮ ਲਹਿਰ ਦੇ ਉੱਪਰ ਪੂਰੀ ਤਰ੍ਹਾਂ ਸਵਾਰ ਹੈ, ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹਰ ਯੁੱਗ ਦੇ ਉੱਪਰ। ਔਰ ਕਾਂਗਰਸ ਜਿਹੜੀ ਹੈਗੀ ਹੈ ਉਹਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ, ਕਿਉਂਕਿ ਕਾਂਗਰਸ ਹੈਗੀ ਹੈ ਉਹਨੇ ਰਾਮ ਨੂੰ ਇਹ ਦੱਸਿਆ ਜਾਂਦਾ ਕਿ ਰਾਮ ਦਾ ਵਿਰੋਧ, ਸਨਾਤਨ ਦਾ ਵਿਰੋਧ ਜਿਹੜੀ ਹੈ ਉਹ ਕਾਂਗਰਸ ਕਰ ਰਹੀ ਹੈਗੀ ਹੈ। ਅਤੇ ਇਸ ਤੋਂ ਇਹ ਗੱਲ ਸਾਫ਼ ਹੈ ਕਿ ਜੋ BJP ਹੈਗੀ ਹੈ ਉਹ ਇਸ ਹਲਕੇ ਦੇ ਵਿੱਚ ਕਾਂਗਰਸ ਦੇ ਉੱਪਰ ਹਮਲਾਵਰ ਹੈਗੀ ਹੈ, ਅਤੇ ਮਕਸਦ ਇੱਕ ਹੀ ਹੈ ਤਾਂ ਕਿ ਰਾਮ ਮੰਦਰ ਦਾ ਜਿਹੜਾ ਫਾਇਦਾ ਹੈਗਾ ਉਹ ਵੱਧ ਤੋਂ ਵੱਧ ਮਿਲ ਸਕੇ। ਇਹ ਹਲਕਾ ਪੂਰੀ ਤਰ੍ਹਾਂ ਨਾਲ ਰਾਮ ਲਹਿਰ ਦੇ ਉੱਪਰ ਸਵਾਰ ਇਸ ਟਾਈਮ ਦਿਖਾਈ ਦੇ ਰਿਹਾ, ਜੋ ਕਿ BJP ਦੇ ਉਮੀਦਵਾਰ ਦੀ ਰੈਲੀਆਂ ਵਿੱਚ ਗਏ ਹੈ ਤਾਂ ਉੱਥੋਂ ਇਹੀ ਇਸ ਤਰ੍ਹਾਂ ਦਾ ਹੀ ਆਵਾਜ਼ ਹੁੰਦਾ ਹੈਗਾ। ਕੈਮਰਾਪਰਸਨ ਅਸ਼ਵਨੀ ਮਿਨਾਸ ਦੇ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਆਨੰਦਪੁਰ ਸਾਹਿਬ।